ਕਿ ਜਦੋਂ ਮਕਾਨ ਬਣਾਉਣ ਲੱਗਿਆ ਤੇ ਇਸ ਦੇ ਵਿੱਚ ਆ ਥਰਮਾਕੋਲ ਪਾਤੀ ਠੀਕ ਹੈ ਜੀ ਆ ਥਰਮਾਕੋਲ ਜਿਹੜੀ ਹੈਗੀ ਆ ਆ 3 ਇੰਚ ਹੈਗੀ ਆ ਸਿੰਗਲ ਪਾਈਪ ਹੈ ਜੀ ਜਿਹੜੀ ਸਿੱਧੀ ਵਾਟਰ ਟੈਂਕ ਤੋਂ ਆਊਗੀ ਕੰਦੇ ਵਿੱਚ ਕੋਈ ਜੋੜ ਨਹੀਂ ਹੈਗਾ ਇਹ ਪਲਸਟੋ ਇੱਕ ਕੰਪਨੀ ਹੈਗੀ ਹੈ ਜੀ ਕਿ ਇਹ ਹਿਊਮਨ ਲਾਈਫ ਵਾਸਤੇ ਸਾਰਿਆਂ ਤੋਂ ਸੇਫਸਟ ਟੈਂਕੀ ਹੈਗੀ ਹੈ ਕਿ ਇਨ ਫਿਊਚਰ ਦੇ ਵਿੱਚ ਲਾਈਟ ਇੰਨੀ ਕਿ ਮਹਿੰਗੀ ਹੋ ਜਾਣੀ ਹੈ ਕਿ ਸਾਰਿਆਂ ਤੋਂ ਵੱਡਾ ਖਰਚਾ ਹੀ ਆਪਣਾ ਲਾਈਟ ਦਾ ਹੋਣਾ ਹੈ ਠੰਡ ਵੀ ਵੱਧ ਰਹੀ ਹੈ ਜੀ ਤੇ ਗਰਮੀ ਵੀ ਵੱਧ ਰਹੀ ਹੈ ਗਰਮੀਆਂ 'ਚ ਤੁਸੀਂ ਏਸੀ ਚਲਾਇਆ ਕਰੋਗੇ ਤੇ ਸਰਦੀਆਂ 'ਚ ਤੁਸੀਂ ਹੀਟਰ ਚਲਾਇਆ ਕਰੋਗੇ ਮੇਰਾ ਏਮ ਹੈ ਮੈਂ ਕਟੋ-ਕਟੇ ਨੂੰ 500 ਸਾਲ ਦੇ ਬੇਸ ਦੇ ਉੱਤੇ ਲੈ ਕੇ ਇਸ ਨੂੰ ਬਣਾਵਾਂਗੇ ਇਸ ਤੋਂ ਜਿੱਥੇ ਆਪਾਂ ਖੜੇ ਆ ਇਸ ਤੋਂ 7 ਫੁੱਟ ਹਟਾ ਇਹਦਾ ਬੇਸ ਬਣਾਇਆ ਠੀਕ ਹੈ ਜੀ ਤੇ ਇਹਨੂੰ ਪਿੱਲਰ ਦੇ ਉੱਤੇ ਬਣਾਇਆ ਹੋਇਆ ਹੈ ਇਹ ਸਾਰੇ ਜਿਹੜੀ ਮਕਾਨ ਹੈਗਾ ਇਹ 16 ਪਿੱਲਰ ਹੈਗੇ ਹੈ ਨਹੀਂ ਹੈਗਾ ਵੀ ਨੀਹਾਂ 'ਚ ਆਪਾਂ ਲੱਖਾਂ ਇੱਟਾਂ ਵੇਸਟ ਕੀਤੀਆਂ ਹੋਣਗੀਆਂ ਲੱਖਾਂ ਇੱਟਾਂ ਕੋਈ ਲੱਖਾਂ ਆਪਾਂ ਵੇਸਟ ਨਹੀਂ ਕੀਤੀਆਂ ਕਦੇ ਬੱਚਾ ਨੂੰ ਜ਼ਰੂਰਤ ਪੈ ਜੇ ਜੀ ਇਸ ਪੁਆਇੰਟ ਤੋਂ ਕਟਿੰਗ ਕਰਕੇ ਠੀਕ ਹੈ ਜੀ ਇਹਨੂੰ ਆਪਾਂ ਜੈਕ ਨਾਲ ਚੱਕ ਸਕਦੇ ਹਾਂ ਗਰਾਊਂਡ ਵਾਟਰ ਵਰਤਨਾ ਪਿਆ ਤੇ ਵਾਟਰ ਸੌਫਟਨਰ ਇੱਕ ਹੈਗਾ ਸਾਡੇ ਕੋਲ ਸਿਸਟਮ ਠੀਕ ਹੈ ਜੀ ਉਹਨੂੰ ਲਾ ਕੇ ਜਿਹੜਾ ਹਾਰਡ ਵਾਟਰ ਸੀ ਉਹਨੂੰ ਸੌਫਟ ਕਰਤਾ ਠੀਕ ਹੈ ਜੀ ਜਿੰਦੇ ਕਾਰਨ ਕੀ ਇਹਦੇ 'ਚ ਕੋਈ ਤੁਹਾਨੂੰ ਸ਼ੋਰਾ ਨਹੀਂ ਆ ਰਿਹਾ ਗੀ ਅਗਰ ਕਿਸੇ ਦੇ ਤਾਰ ਲੱਗਦੀ ਹੈ 10 ਬੰਡਲ ਠੀਕ ਹੈ ਜੀ ਇੰਨੇ ਸਾਈਜ਼ ਦੇ ਵਿੱਚ ਤੇ ਮੇਰੇ ਲੱਗਣਗੇ 6 ਬੰਡਲ ਸਸੀ ਗਾਲ ਦੋਸਤੋ ਅੱਜ ਜਿਹੜੀ ਕੋਠੀ ਤੁਹਾਡੇ ਲਈ ਲੈ ਕੇ ਆਇਆ ਹੈ ਨਾ ਇਹਦੀ ਜਿਹੜੀ ਬਨਾਵਟਾ ਉਹ ਤਾਂ ਸੋਹਣੀ ਹੈਗੀ ਹੈਗੀ ਆ ਪਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਤੁਹਾਡੇ ਕੰਮ ਨਹੀਂ ਆਣੇ ਜਿਵੇਂ ਕਿ ਇੱਕ ਤਾਂ ਇਹ ਵੈਦਰ ਪ੍ਰੂਫ ਹੈ ਸਾਊਂਡ ਪ੍ਰੂਫ ਹੈ ਕੋਈ ਸ਼ੋਰ ਨਹੀਂ ਹੈਗਾ 1.5 ਸਾਲ ਹੋ ਗਿਆ ਬਣੀ ਜਾਂਦੀ ਇਹਨੂੰ ਤੇ ਹੋਰ ਕਾਫੀ ਚੀਜ਼ਾਂ ਜਿਵੇਂ ਬਿਜਲੀ ਦੀਆਂ ਤਾਰਾਂ ਲਾ ਲਈਏ ਜਾਂ ਪਾਣੀ ਵਾਲੀਆਂ ਪਾਈਪਾਂ ਲਾ ਲਈਏ ਤੇ ਹਰ ਇੱਕ ਚੀਜ਼ ਬਹੁਤ ਹੀ ਵਧੀਆ ਰਿਸਰਚ ਤੋਂ ਬਾਅਦ ਕੀਤੀ ਹੋਈ ਆ ਤੇ ਇਹ ਜੇ ਵੀਡੀਓ ਤੁਸੀਂ ਪੂਰੀ ਦੇਖਦੇ ਹੋ ਤੁਹਾਡਾ ਖਰਚਾ ਹੀ ਬਚੂਗਾ ਤੁਹਾਡਾ ਸਮਾਂ ਹੀ ਬਚੂਗਾ ਆਉਣ ਵਾਲੇ ਭਵਿੱਖ ਦੇ ਵਿੱਚ ਤੁਹਾਨੂੰ ਜਿਹੜੇ ਆਰਟੀਫੀਸ਼ੀਅਲ ਚੀਜ਼ਾਂ ਤੁਸੀਂ ਘਰ ਦੇ ਵਿੱਚ ਲਾਉਣੇ ਹੋ ਉਹ ਤੋਂ ਵੀ ਤੁਹਾਡੀ ਸ਼ਾਇਦ ਬਚਤ ਹੋਊਗੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸਵਾਗਤ ਹੈ ਜੀ ਪਹਿਲਾਂ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਤੇ ਆਪਾਂ ਕਿਹੜੀ ਲੋਕੇਸ਼ਨ ਤੇ ਖੜੇ ਹਾਂ ਜੀ ਮੇਰਾ ਨਾਮ ਨਰਪਿੰਦਰ ਸਿੰਘ ਝਿੰਜਾ ਹੈ ਜੀ ਜੀ ਮੇ ਪਿੰਡ ਬੇਗਾਉ ਵਾਲੀ ਜਿਹੜਾ ਕਿ ਫਾਜ਼ਿਲਕਾ ਤੋਂ 8 ਕਿਲੋਮੀਟਰ ਦੇ ਉੱਤੇ ਹੈਗਾ ਜੀ ਉੱਥੇ ਹੈਗਾ ਜੀ ਤੇ ਮੈਂ ਦੱਸਣਾ ਚਾਹੁੰਨਾ ਕਿ ਇਹ ਸਾਡਾ ਪੁਰਤੈਨੀ ਪਿੰਡ ਹੈ ਜੀ ਐਸ ਇਹ ਪਿੰਡ ਫਾਜ਼ਿਲਕਾ ਵਸਣ ਤੋਂ ਪਹਿਲਾਂ ਹੀ ਡਵੈਲਪ ਹੋ ਗਿਆ ਸੀ ਸਾਡੇ ਬਜ਼ੁਰਗ ਉਸ ਤੋਂ ਪਹਿਲਾਂ ਆ ਗਏ ਸੀ ਠੀਕ ਆ ਸਰ ਤੇ ਜਿੱਥੇ ਆਪਾਂ ਖੜੇ ਆ ਇਹ ਪਿੰਡ ਦੀ ਪਹਿਲੀ ਹਵੇਲੀ ਹੈ ਜੀ ਜਿਹੜੇ ਮੇਰੇ ਪਿਤਾ ਜੀ ਦੇ ਦਾਦਾ ਜੀ ਨੇ ਬਣਾਈ ਸੀ ਤੇ ਅੱਜ ਤੋਂ ਲਗਭਗ 200 ਸਾਲ ਹੋਗੇ ਇਸ ਨੂੰ ਬਣੀ ਨੂੰ ਹੁਣ ਇਹਦੀ ਹਾਲਾਤ ਹੈਗੀ ਹੈ ਜੀ ਪ੍ਰੈਸ ਨੂੰ ਵੇਖਦੇ ਹੋਇਆ ਇਹਦੀ ਜਿਹੜੀ ਨੀਵਾ ਸੀ ਉਹ ਸਾਰੀਆਂ ਹੀ ਛੋਟੇ-ਛੋਟੇ ਇੱਟਾਂ ਸੀ ਮਿੱਟੀ ਦੀਆਂ ਉਹਨੀਆਂ ਬਣੀਆਂ ਹੋਈਆਂ ਸੀ ਵਾਟਰ ਲੈਵਲ ਉੱਚਾ ਆਣ ਦੇ ਕਾਰਨ ਇਹ ਹੁਣ ਆਪਣਾ ਸਮਾਂ ਪੂਰਾ ਕਰ ਚੁੱਕੀ ਤੇ ਮੈਨੂੰ ਇੱਕ ਨਵਾਂ ਮਕਾਨ ਬਣਾਉਣਾ ਪਿਆ ਕੋਠੀ ਤਾਂ ਨਹੀਂ ਕਹਿੰਦਾ ਲੇਕਿਨ ਇੱਕ ਮਕਾਨ ਜ਼ਰੂਰ ਪਾ ਰਿਆਂ ਮੈਂ ਤੇ ਜੋ ਮੇਰਾ ਏਮ ਹੈ ਮੈਂ ਕਟੋ-ਕਟੇ ਨੂੰ 500 ਸਾਲ ਦੇ ਬੇਸ ਦੇ ਉੱਤੇ ਲੈ ਕੇ ਇਸ ਨੂੰ ਬਣਾਉਂਦੇ ਜੇ ਅੱਜ ਦੇ ਅਨੁਕੂਲ ਮਤਲਬ ਸਾਰਾ ਕੁਝ ਰਹਿਣਾ ਦਾ ਆਪਣੀ ਕੋਠੀ ਜਿਹੜੀ 500 ਸਾਲ ਦੇ ਹਿਸਾਬ ਨਾਲ ਬਣਾ ਰਹੇ ਹਾਂ ਬਿਲਕੁਲ ਜੀ ਠੀਕ ਹੈ ਜੀ ਸਰ ਜੇ ਹੁਣ ਗੱਲ ਕਰੀਏ ਸਭ ਤੋਂ ਪਹਿਲਾ ਪੁਆਇੰਟ ਵੀ ਕੀ ਆਪਾਂ ਵੱਖਰਾ ਕੀਤਾ ਇਹਦੇ ਵਿੱਚ ਕੀ ਕੀ ਪੁਆਇੰਟ ਹੈ ਜਿਹੜੇ ਆਪਣੇ ਦਰਸ਼ਕਾਂ ਨੂੰ ਸਿੱਖਣ ਨੂੰ ਵੀ ਮਿਲਣਗੇ ਤੇ ਇਨ ਫਿਊਚਰ ਉਹ ਕਰਨ ਦੀ ਵੀ ਮਿਲਣਗੇ ਜੀ ਸਾਰਿਆਂ ਤੋਂ ਵੱਡੀ ਗੱਲ ਤੇ ਇਹ ਹੈ ਜੀ ਕਿ ਲੋਕੀ ਚੌੜੀਆਂ ਚੌੜੀਆਂ ਨੀਵਾ ਪਰਦੇ ਨੇ ਜੀ ਜਿੰਦੇ ਚ ਲੱਖਾਂ ਇਟਾਂ ਲੱਗਦੀਆਂ ਨੇ ਜੀ ਮੈਂ ਇਸ ਤੋਂ ਜਿੱਥੇ ਆਪਾਂ ਖੜੇ ਆ ਇਸ ਤੋਂ 7 ਫੁੱਟ ਹਟਾ ਇਹਦਾ ਬੇਸ ਬਣਾਇਆ ਠੀਕ ਹੈ ਜੀ ਤੇ ਇਹਨੂੰ ਪਿੱਲਰ ਦੇ ਉੱਤੇ ਬਣਾਇਆ ਹੈ ਇਹ ਸਾਰੇ ਜਿਹੜੀ ਮਕਾਨ ਹੈਗਾ ਇਹ 16 ਪਿੱਲਰ ਹੈਗੇ ਠੀਕ ਹੈ ਟੋਟਲ ਟੋਟਲ 16 ਪਿੱਲਰ ਹੈਗੇ ਜੀ ਪਿੱਲਰ ਨੂੰ ਲਿਆ ਕੇ ਗਰਾਉਂਡ ਲੈਵਲ ਦੇ ਉੱਤੇ ਸਿਰਫ ਚਿਣਾਈ ਕੀਤੀ ਹੈ ਠੀਕ ਹੈ ਯਾਨੀ ਕਿ ਜ਼ਮੀਨ ਦੇ ਵਿੱਚ ਜਿਹੜਾ ਅੱਗੇ ਲੋਕੀ 5 6 ਫੁੱਟ ਡੂੰਘੀ ਜਾਂ ਇੱਟਾ ਲਾਉਂਦੇ ਆ ਉਹ ਨਹੀਂ ਲਾਉਂਦੇ ਜੇ ਆਪਾਂ ਦੇਖੀਏ ਇੱਥੋਂ ਬੇਸ ਤੱਕ ਇੱਟਾਂ ਨੇ ਬਸ ਇਦੋਂ ਥੱਲੇ ਤਾਂ ਕੱਲੇ ਪਿੱਲਰ ਹੀ ਨੇ ਆਪਣੇ ਇਹਦੇ ਇੱਠਾ ਆਹ ਇਸ ਤੋਂ ਇੱਠਾ ਸਿਰਫ ਪਿੱਲਰ ਨੇ ਪਿੱਲਰ ਨਹੀਂ ਮਗਰਾ ਇਹ ਨਹੀਂ ਹੈਗਾ ਵੀ ਨੀਹਾਂ ਚ ਆਪਾਂ ਲੱਖਾਂ ਇੱਟਾਂ ਵੇਸਟ ਕੀਤੀਆਂ ਹੋਣਗੀਆਂ ਲੱਖਾਂ ਇੱਟਾਂ ਕੋਈ ਲੱਖਾਂ ਆਪਾਂ ਵੇਸਟ ਨਹੀਂ ਕੀਤੀਆਂ ਨੀਵਾ ਦੇ ਵਿੱਚ ਠੀਕ ਹੈ ਜੀ ਨੰਬਰ 2 ਜੀ ਆ ਇੱਥੇ ਤੇਗਾ ਦਿੱਤਾ ਹੋਇਆ ਹੈ ਆ ਇੱਕ بیس ਪੁਆਇੰਟ ਰਖਤਾ ਜੀ ਆ ਜੇ ਵੀ ਜਿਹੜਾ ਇਹਦਾ ਫਰਸ਼ ਲੱਗੂਗਾ ਇਸ ਲੈਵਲ ਤੋਂ 7 ਫੁੱਟ ਉੱਚਾ ਲੱਗੂਗਾ ਜੀ ਠੀਕ ਹੈ ਜੀ ਪਰ ਇਨ ਫਿਊਚਰ ਜਿਵੇਂ ਪਿੰਡ ਉੱਚਾ ਹੋਈ ਜਾਂਦਾ ਹੈ ਜੀ ਅਗਰ ਕਦੇ ਬੱਚਾ ਨੂੰ ਜ਼ਰੂਰਤ ਪੈ ਜਾਏ ਤੇ ਉਹ ਇੱਥੇ ਇੱਕ ਪੁਆਇੰਟ ਰੱਖਤਾ ਕਿ ਇੱਥੋਂ ਕਟਿੰਗ ਕਰਕੇ ਠੀਕ ਹੈ ਜੀ ਇਸ ਪੁਆਇੰਟ ਤੋਂ ਕਟਿੰਗ ਕਰਕੇ ਠੀਕ ਹੈ ਜੀ ਇਹਨੂੰ ਆਪਾਂ ਜੈਕ ਨਾਲ ਚੱਕ ਸਕਦੇ ਹਾਂ ਜੈਕ ਨਾਲ ਚੱਕ ਸਕਦੇ ਹਾਂ ਕਿਉਂਕਿ ਜਿੱਥੇ ਤੁਹਾਡਾ ਹੱਥ ਹੈ ਇੱਥੇ ਇੱਕ ਪਲੰਥ ਬੀਮ ਹੈ ਠੀਕ ਹੈ ਜੀ ਇਹ ਇਹ 3 ਫੁੱਟ ਦਾ ਏਰੀਆ ਹੈ ਜੀ ਜਿੰਦੇ ਵਿੱਚ ਤੁਹਾਡੇ ਜੈਕ ਆਰਾਮ ਨਾਲ ਲੱਗ ਸਕਦੇ ਤੇ ਅਗਰ ਇਹਨੂੰ ਤੁਸੀਂ ਉੱਚਾ ਲੈ ਜਾਣਾ ਚਾਹਦੇ ਉੱਚਾ ਲੈ ਜਾਓ ਠੀਕ ਹੈ ਨਹੀਂ ਹਲੇੜਾ ਨਹੀਂ ਹਲੇਓ ਭਾਈ ਠੀਕ ਹੈ ਜੀ ਮਨ ਉਹ ਆਪਸ਼ਨ ਆਪਾਂ ਪਹਿਲੀ ਰੱਖਤੀ ਤਾਂ ਇਹ 500 ਸਾਲ ਦੀ ਜਿਹੜੀ ਆਪਾਂ ਗੱਲ ਕਹੀ ਆ ਇੱਕ ਚੀਜ਼ ਮੈਂ ਦੇਖ ਰਿਹਾ ਜਿਵੇਂ ਕਿੰਨਾ ਟਾਈਮ ਹੋ ਗਿਆ ਇਹਨੂੰ ਬਣਨ ਦੇ ਇਹਨੂੰ ਕਰਨ ਨੂੰ ਇਹਨੂੰ ਕਰੀਬਨ ਹੁਣ 2 ਡੂਡ ਸਾਲ ਹੋ ਜਾਊਗਾ ਡੂਡ ਸਾਲ ਹੋ ਗਿਆ ਜੀ ਆਪਾਂ ਦੇਖੀ ਜੀ ਆਹ ਕੰਧਾਂ ਤਾਂ ਮਤਲਬ ਕਿ ਸਵਾ ਸਾਲ ਪਹਿਲਾਂ ਬਣੀਆਂ ਹੋਣਗੀਆਂ ਤੇ ਇੱਥੇ ਕੋਈ ਵੀ ਸ਼ੋਰਾ ਜਾਂ ਸਲਾਹ ਆਉਂਦੀ ਦਿੱਕਤ ਨਹੀਂ ਮਿਲ ਨਜ਼ਰ ਆ ਰਹੀ ਇਹਦੇ ਪਿੱਛੇ ਕੀ ਕਰਨ ਇੱਕ ਤਾਂ ਜਿਹੜੀ ਇੱਟ ਐ ਆ ਸਾਰੀ ਕੋਇਲੇ ਦੀ ਐ ਠੀਕ ਆ ਜੀ ਪ੍ਰੋਪਰ ਕੋਲੇ ਤੋਂ ਤਿਆਰ ਹੋਈ ਪ੍ਰੋਪਰ ਕੋਲਾ ਜੀ ਦੂਜਾ ਲੋਕੀ ਕੀ ਕਰਦੇ ਆ ਕਿ ਉਹ ਪਾਣੀ ਦੇ ਉੱਤੇ ਧਿਆਨ ਨਹੀਂ ਦਿੰਦੇ ਰਹੀ ਠੀਕ ਹੈ ਜੀ ਉਹ ਗਰਾਊਂਡ ਲੈਵਲ ਦਾ ਪਾਣੀ ਲੈ ਲੈਂਦੇ ਜਿੰਦੇ ਚ ਪੀ ਐਚ ਵੈਲਿਊ ਤੇ ਐਸਿਡਿਕ ਹੁੰਦਾ ਠੀਕ ਹੈ ਉਹ ਦਿਖਾਉਂਦਾ ਹੈ ਇਹਦੇ ਜਿਹੜਾ ਪਾਣੀ ਅਸੀਂ ਵਰਤਿਆ ਉਹ ਨੈਰੀ ਵਰਤਿਆ ਸਾਰਾ ਉਹ ਨੈਰੀ ਵਰਤਿਆ ਠੀਕ ਹੈ ਜੀ ਨੰਬਰ 2 ਅਗਰ ਸਾਨੂੰ ਕਦੇ ਸਮੱਸਿਆ ਵੀ ਆਈ ਪਾਣੀ ਦੀ ਜੀ ਗਰਾਊਂਡ ਵਾਟਰ ਵਰਤਣਾ ਪਿਆ ਤੇ ਵਾਟਰ ਸੌਫਟਨਰ ਇੱਕ ਹੈਗਾ ਸਾਡੇ ਕੋਲ ਸਿਸਟਮ ਠੀਕ ਹੈ ਜੀ ਉਹਨੂੰ ਲਾ ਕੇ ਜਿਹੜਾ ਹਾਰਡ ਵਾਟਰ ਸੀ ਉਹਨੂੰ ਸੌਫਟ ਕਰਤਾ ਠੀਕ ਹੈ ਜੀ ਜਿੰਦੇ ਕਾਰਨ ਕੀ ਇਹਦੇ ਵਿੱਚ ਕੋਈ ਤੁਹਾਨੂੰ ਸ਼ੋਰਾ ਨਹੀਂ ਆ ਰਿਹਾ ਠੀਕ ਹੈ ਜੀ ਤੇ ਅਗਰ ਸ਼ੋਰਾਂ ਨਾ ਆਊਗਾ ਤੇ ਤੁਹਾਡਾ ਸੀਮੈਂਟ ਖਰਾਬ ਨਹੀਂ ਹੋਣਾ ਬਿਲਕੁਲ ਜੀ ਬਿਲਕੁਲ ਅਗਰ ਸੀਮੈਂਟ ਖਰਾਬ ਨਹੀਂ ਹੋਣਾ ਤੁਹਾਡੀ ਪਕੜ ਹੋ ਜੀ ਰਹੂ ਮਕਾਨ ਦੀ ਕਹਿੰਦੇ ਉਮਰ ਵਧੀ ਰਹਿਣੀ ਆ ਵਧੀ ਰਹਿਣੀ ਆ ਜੀ ਸਿੱਧੀ ਜੀ ਗੱਲਾਂ ਨੇ ਇਹ ਤਾਂ ਜੀ ਹਾਂਜੀ ਸਰ ਹੁਣ ਜੇ ਗੱਲ ਕਰੀਏ ਦੂਜਾ ਪੁਆਇੰਟ ਆ ਜਾਂਦਾ ਹੈ ਵੈਦਰ ਪ੍ਰੂਫ ਵਾਲਾ ਉਹਦੇ ਲਈ ਕੀ ਤੁਸੀਂ ਜਿਹੜਾ ਇਹ ਕਨਸੈਪਟ ਕੀਤਾ ਜੀ ਦੇਖੋ ਜੀ ਮੈਂ ਭਾਈ ਸਾਹਿਬ ਨੂੰ ਕਹੂੰਗਾ ਥੋੜਾ ਜਿਹਾ ਇੱਕ ਵਾਰੀ ਐਸ ਪਾਸੇ ਦਿਖਾ ਦੇਣੇ ਇੱਕ ਵਾਰੀ ਆ ਲੋ ਵੀ ਦੋਸਤੋ ਇਹ 200 ਸਾਲ ਪੁਰਾਣਾ ਘਰ ਹੈ ਹਾਂਜੀ ਜਦੋਂ ਇਹਦੀਆਂ ਆ ਦਿਵਾਰਾਂ ਤੋੜੀਆਂ ਸੀ ਤੇ ਇਹਦੇ ਚ ਦੇਖਿਆ ਸੀ ਕਿ ਅੱਛਾ ਜੀ ਇੱਟਾਂ ਦੇ ਵਿਚਕਾਰ ਠੀਕ ਹੈ ਜੀ ਇੱਟਾਂ ਦੇ ਵਿਚਕਾਰ ਮਿੱਟੀ ਹੈਗੀ ਸੀ ਤੇ ਥਾਂ ਛੱਡੀ ਹੋਈ ਸੀ ਠੀਕ ਹੈ ਜੀ ਤੇ ਇਹ ਮਕਾਨ ਸਾਡੇ ਗਰਮੀਆਂ ਚ ਨਵੇਂ ਮਕਾਨ ਨਾਲੋਂ ਠੰਡੇ ਸੀ ਠੰਡੇ ਸੀ ਠੰਡਾ ਤੇ ਗਰਮ ਸੀ ਗਰਮੀਆਂ 'ਚ ਠੰਡਾ ਤੇ ਸਰਦੀਆਂ 'ਚ ਗਰਮ ਸੀ ਜੀ ਤੇ ਐਸੇ بیس ਨੂੰ ਲੈ ਕੇ ਫਿਰ ਮੈਂ ਕੀ ਕੀਤਾ ਜੀ ਕਿ ਜਦੋਂ ਮਕਾਨ ਬਣਾਉਣ ਲੱਗਿਆ ਤੇ ਇਸ ਦੇ ਵਿੱਚ ਆ ਥਰਮਾਕੋਲ ਪਾਤੀ ਠੀਕ ਹੈ ਜੀ ਆ ਥਰਮਾਕੋਲ ਜਿਹੜੀ ਹੈਗੀ ਆ ਆ 3 ਇੰਚ ਹੈਗੀ ਆ ਮੋਟੀ ਇਹ ਮਜ਼ਬੂਤ ਹੀ ਬਹੁਤ ਹੈ ਤੇ ਇਹਦੀ ਜਿਹੜੀ ਡੈਂਸਿਟੀ ਹੈ ਉਹ 24 ਡੈਂਸਿਟੀ ਦੀ ਇਹ ਥਰਮਾਕੋਲ ਹੈ ਜੀ ਠੀਕ ਹੈ ਜੀ ਕਿਉਂਕਿ ਪ੍ਰੋਜੈਕਟ ਲੰਬੇ ਬਿਹਸ ਤੇ ਸੋਚ ਕੇ ਬਣਾਏ ਸੀ ਪਾਣ ਨੂੰ ਤਾਂ ਇਹ 1 ਇੰਚ 1.5 ਇੰਚ ਵੀ ਪਾ ਸਕਦੇ ਸੀ ਠੀਕ ਹੈ ਜੀ ਪਰ 3 ਇੰਚੀ ਪਾਉਣ ਦਾ ਕਰ ਰਹੇ ਨੇ ਅਸੀਂ ਕਿ ਇਹਦੇ ਨਾਲ ਇੱਕ ਤਾਂ ਦੀਵਾਰ ਮੋਟੀ ਹੋ ਜੂਗੀ ਬਿਲਕੁਲ ਜੀ ਬਾਹਰ ਉਹ ਅਗਰ ਠੰਡ ਆਊਗੀ ਪਹਿਲਾਂ ਇੱਟ ਨੇ ਰੋਕ ਲੈਣੀ ਹੈ ਜੀ ਫਿਰ ਥਰਮਾਕੋਲ ਨੇ ਰੋਕ ਲੈਣੀ ਹੈ ਫਿਰ ਇਹਦੀ ਇੰਨੀ ਮੋਟਾਈ ਹੈ ਕਿ ਅੰਦਰ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਜੋ ਅੰਦਰ ਦਾ ਆਮ ਵਾਤਾਵਰਣ ਹੋਊਗਾ ਉਹ ਹੀ ਰਹੂਗਾ ਜੀ ਠੀਕ ਕਿਉਂਕਿ ਪਹਿਲੇ ਇੱਕ ਦੀਵਾਰ ਆ ਗਈ ਫਿਰ ਥਰਮਾਕੋਲ ਆ ਗਈ ਫਿਰ ਦੀਵਾਰ ਆ ਗਈ ਯਾਨੀ ਕਿ ਅਗਰ ਉਸ ਦੀਵਾਰ ਦੀ ਬਿਨਾ ਪਲਸਟਰ ਤੋਂ ਆਪਾਂ ਮੋਟਾਈ ਲਈਏ ਤਾਂ ਕਰੀਬਨ 11 ਸਾਢੇ 11 ਇੰਚ ਹੋ ਜਾਂਦੀ ਹੈ ਜੀ ਠੀਕ ਹੈ ਜੀ ਮਤਲ 13 ਇੰਚ ਵਾਲੀ ਗੱਲ ਹੋ ਗਈ ਜਿਵੇਂ ਪਹਿਲਾਂ ਕਹਿੰਦੇ 13 ਇੰਚ ਹੀ ਗੰਨਾ ਹੁੰਦੇ ਸਾਰੇ ਜਿਆਦਾ ਹਾਂਜੀ ਕਿਉਂਕਿ ਇਹ ਹੁਣ ਇੱਟਾਂ ਦੇ ਸਾਈਜ਼ ਪ੍ਰੋਪਰ ਨਹੀਂ ਰਹੇ ਨਾ ਛੋਟੇ ਹੋ ਗਏ ਹਾਂਜੀ ਕਿਉਂਕਿ ਪਹਿਲਾਂ 13 ਕਹਿੰਦੇ ਸੀ ਉਹ ਕਹਿੰਦੇ ਜੀ ਇੱਟ 5 5 ਇੰਚ ਹੀ ਹੁੰਦੀ ਹੈ ਉਹ 5 ਇੰਚ ਨਹੀਂ ਰਹੀ 4 ਇੰਚ ਹੋ ਗਈ ਠੀਕ ਹੈ ਜੀ ਤੇ 4 ਤੇ 4 8 ਤੇ 3 11 ਇੰਚ ਹਾਂਜੀ ਠੀਕ ਹੈ ਜੀ ਬਸ ਤੇ ਇਹਨੂੰ ਸਰ ਲਾਉਣ ਦਾ ਜਿਵੇਂ ਤਰੀਕਾ ਹੈਗਾ ਕੋਈ ਇਹ ਵਿਚ ਵੱਖਰਾ ਵੀ ਆਪ ਨੂੰ ਕਰਨਾ ਪੈਂਦਾ ਕਿ ਬਸ ਸਿੱਧਾ ਇਧਰੋਂ ਵੀ ਚਣਾਈ ਕਰੀ ਜਾਓ ਇਧਰੋਂ ਵਿਚਾਲੇ ਇਹਨੂੰ ਪਾਈ ਚੱਲੋ ਪੀਸ ਇਹਨੂੰ ਕੀ ਹੈ ਜੀ ਕਿ ਪਹਿਲਾਂ ਤੁਸੀਂ ਇੱਕ ਦੀਵਾਰ ਤੁਹਾਨੂੰ ਇੱਕ ਦੀਵਾਰ ਖੜੀ ਕਰਨੀ ਪੈਂਦੀ ਹੈ ਠੀਕ ਹੈ ਜੀ ਜਿਵੇਂ ਆ ਦੀਵਾਰ ਹੈ ਤੁਸੀਂ ਇਹਨੂੰ ਕਿਸੇ ਲੋਡ ਦੇ ਲੈ ਲਓ ਜੋ ਤੁਹਾਡੇ ਸਾਈਜ਼ ਉਸ ਹਿਸਾਬ ਨਾਲ ਜੀ ਜਿਵੇਂ ਆ 5x4 ਦੀ ਹੈਗੀ 5 ਫੁੱਟ ਉੱਚੀ 5 ਫੁੱਟ ਚੌੜੀ 4 ਫੁੱਟ ਉੱਚੀ ਜੀ ਜੋ ਦੀਵਾਰ ਹੈ ਉਹ 4 ਫੁੱਟ ਉੱਚੀ ਬਣੂਗੀ ਪਹਿਲਾਂ ਤਾਂ ਠੀਕ ਹੈ ਜੀ ਬਣਾਲੇ ਲੱਗੋਗੇ बनके ਤੇ ਫਿਰ ਇਹਨੂੰ ਇਹਦੇ ਨਾਲ ਲਾ ਦਿੰਦੇ ਨੇ ਠੀਕ ਹੈ ਜੀ ਲਾ ਕੇ ਦੇ ਪਿੱਛੇ ਇਹਨੂੰ سپورਟ ਦੇ ਦਿੰਦੇ ਤਾਂ ਕਿ ਚਿਪੀ ਰਵੇ ਤੇ ਉਸ ਤੋਂ ਬਾਅਦ ਇਹਦੇ ਨਾਲ ਦੀਵਾਰ ਖੜੀ ਕਰਦੇ ਠੀਕ ਹੈ ਸਰ ਤੇ ਵਿੱਚ ਥੋੜਾ ਥੋੜਾ ਸੀਮੈਂਟ ਪਾ ਦਿੰਦੇ ਤਾਂ ਕਿ ਆ ਆਪਣੀ ਪਕੜ ਪੂਰੀ ਕਰ ਲਵੇ ਠੀਕ ਹੈ ਜੀ ਇਹਦੀ ਲਾਈਫ ਕਿੰਨੀ ਕੀ ਹੁੰਦੀ ਹੈ ਥਰਮੋਕੋਲ ਦੀ ਇਹਨੂੰ ਥਰਮੋਕੋਲ ਦੀ ਲਾਈਫ ਅਨਲਿमिटेड ਹੈ ਜੀ ਠੀਕ ਹੈ ਜੀ ਮਤਲਬ ਛੇਤੀ ਇਹਦੇ ਨੂੰ ਹਾਂ ਕਿਉਂਕਿ ਇਹਨੂੰ ਦੋ ਚੀਜ਼ਾਂ ਖਤਮ ਕਰਦੀਆਂ ਜੀ ਜਾਂ ਤਾਂ ਅਗ ਲੱਗ ਕੇ ਖਤਮ ਹੋਊਗੀ ਹੈ ਠੀਕ ਹੈ ਜੀ ਤੇ ਇਹ ਪੈਟਰੋਲ ਦੇ ਨਾਲ ਖਤਮ ਹੋਊਗੀ ਜਿਆ ਪੈਟਰੋਲ ਦੇ ਨਾਲ ਖਤਮ ਹਾਂ ਜੀ ਪੈਟਰੋਲ ਨਾਲ ਮਿਕਸ ਕਰਕੇ ਵੀ ਲੋਕ ਕਹਿੰਦੇ ਨੇ ਇਹਦਾ ਕਹੋ ਬਣ ਜਾਂਦਾ ਹੈ ਹਾਂਜੀ ਜੀ ਹੋਰ ਤਾਂ ਇਹ ਖਤਮ ਹੋਣ ਵਾਲੀ ਚੀਜ਼ ਹੀ ਹੈ ਨਹੀਂ ਠੀਕ ਹੈ ਜੀ ਤੇ ਸਰ ਇਹ ਕੀ ਰੇਟ ਪਈ ਹੈ ਕਿੱਥੋਂ ਲਈ ਆਪਾਂ ਇਹ ਇਹ ਮੈਂ ਜਲੰਧਰ ਫੈਕਟਰੀ ਹੈਗੀ ਹੈ ਜੀ ਜਿਹੜੇ ਇੱਥੇ ਬਣਾਉਂਦੇ ਜੀ ਉਹਨਾਂ ਨਾਲ ਸੰਪਰਕ ਕੀਤਾ ਠੀਕ ਹੈ ਜੀ ਤੇ ਉਹਨਾਂ ਤੋਂ ਹੀ ਮੰਗਾਈ ਜਿਵੇਂ ਆ ਮੈਂ ਪੂਰਾ ਮਕਾਨ ਕਹਿ ਦੂੰਗਾ ਤੇ ਰੇਟ ਤਾਂ ਮੈਨੂੰ ਬਿੱਲ ਤੇ ਦੇਖਣਾ ਪੈਣਾ ਠੀਕ ਹੈ ਜੀ ਪਰ ਕਰੀਬਨ 2.5 ਲੱਖ ਰੁਪਏ ਦੀ ਥਰਮੋਕੋਲ ਪਈ ਥਰਮੋਕੋਲ ਆ ਗਈ ਠੀਕ ਹੈ ਜੀ ਤੇ ਇਹ ਆਲ ਬਾਉਂਡਰੀ ਤੇ ਕੀਤਾ ਸਾਰੇ ਸਾਰੇ ਸਾਈਡਾਂ ਤੇ ਕੀਤੀ ਹੋਗੀ ਇਹ ਪੂਰੀ ਸਾਈਡਾਂ ਦੇ ਉੱਤੇ ਸਾਰੀਆਂ ਕੰਧਾਂ 'ਚ ਕੀਤੀ ਹੋਗੀ ਹਾਂਜੀ ਸਾਰੀ ਕੰਧਾਂ ਤੇ ਤੇ ਜਿਹੜੇ ਸ਼ੀਸ਼ੇ ਆ ਗਏ ਜੀ ਉਹਦੇ ਵਿੱਚ ਕੀ ਕਰਾਂਗੇ ਗਲਾਸ ਦੇ ਵਿੱਚ ਫਿਰ ਗਲਾਸ ਇਹਦੇ ਆਣਗੇ ਜੀ ਜੋ ਮੇਰੀ ਗੱਲ ਚੱਲ ਰਹੀ ਹੈ ਉਹ ਟਫਨ ਦੀ ਚੱਲ ਰਹੀ ਹੈ ਠੀਕ ਹੈ ਜੀ ਉਸ ਕੰਪਨੀ ਨਾਲ ਇਹ ਗੱਲ ਹੋਈ ਹੈ ਕਿ ਮੈਨੂੰ ਯੂਪੀਵੀਸੀ ਹੈਗੀ ਹੈ ਜੀ ਉਹ ਜੀ ਉਹਨਾਂ ਨਾਲ ਇੱਕੋ ਹੀ ਗੱਲ ਹੈ ਕਿ ਮੈਨੂੰ ਸਾਊਂਡ ਪ੍ਰੂਫ ਤੇ ਵੈਦਰ ਪ੍ਰੂਫ ਚਾਹੀਦੀ ਹੈ ਠੀਕ ਹੈ ਜੋ ਵਿੱਚ ਗੈਸ ਭਰ ਕੇ ਦੇ ਜਾਂਦੇ ਨੇ ਜੀ ਤੇ ਉਹ ਦੱਸ ਰਹੇ ਨੇ ਆਈਵੀਸੀ ਲੇਕਿਨ ਜਦੋਂ ਇਹਦੀ ਪ੍ਰੋਪਰ ਲਿਪਾਈ ਹੋ ਜੂਗੀ ਉਸ ਤੋਂ ਬਾਅਦ ਉਹ ਮੈਂਟਰ ਕਰ ਇਹਦਾ ਸਾਈਜ਼ ਲੈਣੀ ਉਸ ਤੋਂ ਬਾਅਦ ਸਾਈਜ਼ ਲੈਣਗੇ ਜੀ ਉਸੇ ਬਾਅਦ ਹੀ ਸ਼ੀਸ਼ਿਆਂ ਦਾ ਸਾਈਜ਼ ਬਣੂਗਾ ਠੀਕ ਹੈ ਸਰ ਤੇ ਸਰ ਅੰਦਰ ਚੱਲੀਏ ਜੀ ਇੱਕ ਵਾਰ ਦਿਖਾ ਦਈਏ ਆਜੋ ਜੀ ਬਿਲਕੁਲ ਜੀ ਪਰ ਬਣ ਰਿਹਾ ਹੈ ਜੀ ਹਾਂਜੀ ਹਾਂਜੀ ਤੇ ਕਿੰਨੇ ਸਕਰ ਫੁੱਟ ਏਰੀਆ ਜਿਹੜਾ ਟੋਟਲ ਜੀ ਆਪਣਾ ਸ਼ਿਤਾਗ ਜੇ ਗੱਲ ਕਰੀਏ ਅਗਰ ਇਹਦੀ ਲਈਏ ਤੇ ਪਿੱਲਰ ਟੂ ਪਿੱਲਰ ਹੈਗਾ ਜੀ 50 बाई 50 ਠੀਕ ਹੈ ਜੀ 50 बाई 50 ਤੇ ਅਗਰ ਟੋਟਲ ਆਪਾਂ ਇਹਨੂੰ ਲੈ ਲਈਏ ਤੇ ਕਰੀਬਨ ਜਿਵੇਂ ਉੱਤੇ ਮੋਮਟੀਆਂ ਹੋਰ ਕੁਝ ਬਣ ਰਿਹਾ ਹੈ ਇਹ ਕਰੀਬਨ 6000 ਸਕਰ ਫੁੱਟ ਪਲੱਸ ਹੋ ਜਾਊਗਾ ਠੀਕ ਹੈ ਸਰ ਤੇ ਸਰ ਹੁਣ ਆਪਾਂ ਮਕਾਨ ਦੇ ਬਿਲਕੁਲ ਅੰਦਰ ਐਂਟਰ ਹੋਗੇ ਤੇ ਸਭ ਤੋਂ ਪਹਿਲਾਂ ਤਾਂ ਇੱਕ ਵਾਰ ਨਾਲ ਆਪਾਂ ਥੋੜਾ ਜਿਹਾ پلان ਸਮਝਾ ਲਈ ਕੋਈ ਹੋਰ ਮਿੱਤਰ ਵੀ ਇਹੋ ਜਿਹਾ ਘਰ ਬਣਾਉਣਾ ਚਾਹੁੰਦਾ ਕਿੰਨੇ ਰੂਮ ਨੇ ਕਿੰਨੇ ਕੀ ਕੀ ਸਟਰਕਚਰ ਹੈ ਜਿਹੜਾ ਆਪਣਾ ਗਰਾਊਂਡ ਫਲੋਰ ਤੇ ਹੈ ਇਹਦਾ ਸਟਰਕਚਰ ਇਹ ਹੈ ਜੀ ਕਿ ਇੱਕ ਐਂਟਰੈਂਸ ਤਾਂ ਆਪਾਂ ਸਾਹਮਣੇ ਦੇਖ ਰਹੇ ਹਾਂ ਜੀ ਜੀ ਅੱਜ ਕੱਲੇ ਵਾਸਤੂ ਵਾਲਾ ਵੀ ਚੱਕਰ ਹੁੰਦਾ ਹੈ ਜੀ ਤੇ ਇਹ ਈਸਟ ਫੇਸ ਹੈ ਜੀ ਠੀਕ ਹੈ ਜੀ ਇਹ ਈਸਟ ਫੇਸ ਤੋਂ ਐਂਟਰੈਂਸ ਹੈਗੀ ਹੈ ਠੀਕ ਹੈ ਜੀ ਜਿਹੜੀ ਰੂਟੀਨ ਦੇ ਚ ਹੋਊਗੀ ਜੀ ਇਸ ਵਿੱਚ ਦੇ ਅੰਦਰ ਵਾਲੀ ਆਪਣੇ ਬਿਲਕੁਲ ਸਜੇ ਹੱਤ ਆ ਸਾਡਾ ਪੂਜਾ ਰੂਮ ਹੈਗਾ ਜੀ ਠੀਕ ਹੈ ਜੀ ਇਹ ਪੂਜਾ ਰੂਮ ਠੀਕ ਹੈ ਜੀ ਤੇ ਆ ਕਿਚਨ ਆ ਗਈ ਜੀ ਠੀਕ ਆ ਸਰ ਇਸ ਕਿਚਨ ਦੇ ਵਿੱਚ ਵੀ ਆ ਰੱਖਿਆ ਜੀ ਜੀ ਸਰ ਕਿਉਂਕਿ ਆ ਬਿਲਕੁਲ ਸਾਰਾ ਖੁੱਲਾ ਰੱਖਿਆ ਹੈ ਠੀਕ ਹੈ ਜੀ ਪਰ ਜੋ ਵਾਸ਼ਿੰਗ ਏਰੀਆ ਹੈ ਉਹ ਆ ਰੱਖਿਆ ਜੀ ਠੀਕ ਹੈ ਜੀ ਤਾਕੀ ਕਿਚਨ ਤੁਹਾਡੀ ਸਾਫ ਸੁਥਰੀ ਰਹੇ ਸਟੋਰ ਤੇ ਵਾਸ਼ਿੰਗ ਮੇਰੀ ਇਧਰ ਸਟੋਰ ਤੇ ਵਾਸ਼ਿੰਗ ਇਧਰ ਰੱਖਿਆ ਹੈ ਤਾਂ ਕਿ ਆ ਕਿਚਨ ਤੁਹਾਡੀ ਸਾਫ ਸੁਥਰੀ ਰਹੇ ਠੀਕ ਹੈ ਸਰ ਤੇ ਇਹ ਮੈਂ ਦੇਖ ਰਿਹਾ ਜਿਹੜਾ ਪੇਪਰ ਪਾਇਆ ਹੋਇਆ ਹੈ ਨਾ ਜਿੱਧਰ ਹਾਂਜੀ ਵਾਈਟ ਪੇਪਰ ਹੈ ਬਲੈਕ ਵੀ ਆਉਂਦਾ ਵਾਈਟ ਉਹ ਸੇਮ ਹੀ ਹੋਊਗਾ ਜੀ ਨਹੀਂ ਜੀ ਇਹ ਅਲੱਗ ਹੈ ਅਗਰ ਤੁਸੀਂ ਇਸ ਪੇਪਰ ਨੂੰ ਖਿੱਚ ਕੇ ਖਿੱਚ ਕੇ ਤੋੜ ਕੇ ਦਿਖਾਓ ਮੈਨੂੰ ਅੱਛਾ ਜੀ ਐ ਮਤਲਬ ਠੀਕ ਹੈ ਜੀ ਇਹਨੂੰ ਪੂਰਾ ਖਿੱਚੋ ਜੀ ਥੋੜਾ ਜੀ ਪੂਰਾ ਖਿੱਚੋ ਹਾਂ ਹੁਣ ਤੋੜੋ ਹੁਣੇ ਤੋੜਦਾ ਜੀ ਹਾਂ ਠੀਕ ਹੈ ਜੀ ਇੱਕ ਸਪੈਸ਼ਲ ਪੇਪਰ ਹੈ ਉਹ ਬਲੈਕ ਨਾਲ ਵਧੀਆ ਇਹਦੀ ਕੁਆਲਿਟੀ ਇਹਦੀ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਹੈ ਠੀਕ ਹੈ ਜੀ ਕਿਉਂਕਿ ਮੈਂ ਮਕਾਨ ਜਿਹੜਾ ਬਣਾ ਰਿਹਾ ਜੀ ਜੀ ਇੱਕ ਸ਼ੌਂਕ ਦੇ ਨਾਲ ਬਣਾ ਰਿਹਾ ਬੜੀ ਸਿੱਧੀ ਗੱਲ ਹੈ ਠੀਕ ਹੈ ਜੀ ਲੋਕੀ ਮਕਾਨ ਬਣਾਉਂਦੇ ਹੈ ਕਿ ਸ਼ੁਰੂ ਕਰ ਲੈਂਦੇ ਫਿਰ ਕਿਰਸ ਕੱਢਣ ਲੱਗ ਜਾਂਦੇ ਬਿਲਕੁਲ ਜੀ ਪਰਮੈਂਟਲੀ ਤੌਰ ਤੇ ਇਸ ਦੇ ਉੱਤੇ ਪਹਿਲਾਂ 25 ਸਾਲ ਵਰਕ ਕੀਤਾ ਹੈ ਕੀ ਕੀ ਬਣਾਣਾ ਹੈ ਕੀ ਨਹੀਂ ਬਣਾਣਾ ਪੂਰਾ ਪਰਿਵਾਰ ਬੈਠਨੇ ਆ ਜੀ ਅਸੀਂ ਠੀਕ ਹੈ ਜੀ ਮੇਰੇ ਦੋ ਬੇਟੇ ਨੇ ਬੇਟੀ ਹੈ ਨਹੀਂ ਤੇ ਜੋ ਮੇਰੀ ਬੋਆ ਨੇ ਉਹ ਵੀ ਮੇਰੀ ਬੇਟੀਆਂ ਨੇ ਜੀ ਠੀਕ ਹੈ ਜੀ ਤੇ ਅਸੀਂ ਛੇ ਇਕੱਠੇ ਹੋ ਕੇ ਬਹਿ ਕੇ ਸਾਰਾ ਕੁਝ ਅੰਡਰਸਟੈਂਡਿੰਗ ਆਪਦੀ ਬਣਾ ਕੇ ਫਿਰ ਇਹ ਕੱਢਦੇ ਆ ਜੀ ਪੂਰਾ ਫਿਰ ਇਸ ਤੋਂ ਬਾਅਦ ਬਣਾਇਆ ਜੀ ਠੀਕ ਆ ਸਰ ਆ ਸਾਡੇ ਗੈਸਟ ਵਾਸਤੇ ਆ ਗਿਆ ਜੀ ਠੀਕ ਹੈ ਜੀ ਇਧਰ ਗੈਸਟ ਰੂਮ ਆ ਗਿਆ ਜੀ ਹਾਂਜੀ ਜੀ ਤੇ ਇਹਦੇ ਵਿੱਚ ਹੀ ਇੱਕ ਵਾਸ਼ਰੂਮ ਦਿੱਤਾ ਠੀਕ ਆ ਸਰ ਤੇ ਗੈਸਟੋਬਾ ਜੀ ਆ ਦੋ ਬੈਡਰੂਮ ਤੇ ਇੱਕ ਮਾਸਟਰ ਬੈਡਰੂਮ ਹੈ ਜੀ ਇੱਕ ਮਾਸਟਰ ਬੈਡਰੂਮ ਆ ਗਿਆ ਤਿੰਨ ਬੈਡਰੂਮ ਆ ਗਏ ਮਤਲਬ ਹਾਂਜੀ ਠੀਕ ਆ ਸਰ ਤਿੰਨ ਬੈਡਰੂਮ ਤੇ ਇੱਕ ਮਾਸਟਰ ਬੈਡਰੂਮ ਜੀ ਤੇ ਹੁਣ ਸਰ ਜੇ ਗੱਲ ਕਰੀਏ ਅ 12ਵਾਂ ਆਪਾਂ ਜੇ ਮੇਨ ਗੱਲ ਹੋ ਗਈ ਇੱਕ ਸਿਮਿੰਟ ਦੀ ਗੱਲ ਵੀ ਤੁਸੀਂ ਦੱਸਦੇ ਸੀਗੇ ਹਾਂਜੀ ਪਹਿਲਾਂ ਉਹ ਗੱਲ ਕਰ ਲਈ ਫਿਰ ਆਪਾਂ ਇੰਟਰਨਲ ਹੀ ਕਰਾਂਗੇ ਜਿਹੜੇ ਸਿਮਿੰਟ ਦੋ ਤਰ੍ਹਾਂ ਦੇ ਤਰ੍ਹਾਂ ਦੇ ਦੇਨੇ ਜੀ ਇੱਕ OPC ਇੱਕ PPC ਜੀ ਇੱਕ ਦੇ ਵਿੱਚ ਥੋੜੀ ਹੈਸ਼ ਜ਼ਿਆਦਾ ਹੁੰਦੀ ਹੈ ਫਲਾਈ ਐਸ਼ ਕਹਿੰਦੇ ਫਲਾਈ ਐਸ਼ ਜਿਹਨੂੰ ਆਪਾਂ ਕਹਿੰਦੇ ਆ ਇੱਕ ਦੇ ਘੱਟ ਹੁੰਦੀ ਹੈ ਜੀ ਤੇ ਜੋ ਪਿੱਲਰ ਨੇ ਸਾਡੇ ਠੀਕ ਹੈ ਜੀ ਜਿਹੜੀ ਦੇ ਵਿੱਚ ਫਲਾਈ ਐਸ਼ ਘਟ ਹੈ ਉਹ ਯੂਜ਼ ਹੋਈ ਹੈ ਤੇ ਚਿਣਾਈ ਦੇ ਵਿੱਚ ਦੂਜੀ ਸੀਮੈਂਟ ਹੋਈ ਹੈ ਯਾਨੀ ਕਿ 43 ਤੇ 53 2 ਗ੍ਰੇਡ ਨੇ 2 ਗ੍ਰੇਡ ਨੇ ਠੀਕ ਹੈ ਜੀ ਠੀਕ ਹੈ ਜੀ ਉਸੇ ਹਸਾਬ ਨਾਲ ਸਾਰੀ ਯੂਜ਼ ਹੋਈ ਹੈ ਠੀਕ ਹੈ ਸਰ ਇਹ ਵੀ ਇੱਕ ਦੋਸਤੋ ਜਾਣਕਾਰੀ ਵਾਲੀ ਚੀਜ਼ ਹੈ ਕਿਉਂਕਿ ਪਿੱਲਰ ਆ ਜਿਹੜੇ ਉਹਨਾਂ ਨੇ ਲਾਈਫ ਦੇਣੀ ਆ ਹਾਂ ਜੀ ਕਿਉਂਕਿ ਤੁਸੀਂ ਯਾਦ ਰੱਖਿਓ ਜਿਹੜੀ ਫਲਾਈ ਐਸ਼ ਹੁੰਦੀ ਹੈ ਉਹਦੇ ਵਿੱਚ ਐਸਿਡ ਹੁੰਦਾ ਹੈ ਜੀ ਐਸਿਡ ਹੀ ਸਰੀਏ ਦੇ ਨਾਲ ਰਿਐਕਟ ਹੋ ਕੇ ਉਸ ਨੂੰ ਜਰ ਲਿਆਉਂਦਾ ਤੇ ਖਤਮ ਕਰਦਾ ਹੈ ਠੀਕ ਹੈ ਜੀ ਐਸਿਡ ਪਲੱਸ ਮੋਇਸਚਰ ਦੋ ਚੀਜ਼ਾਂ ਜਦੋਂ ਹੋ ਗਈਆ ਉਦੋਂ ਤੁਹਾਡਾ ਸਰੀਰ ਜਾਂਦਾ ਠੀਕ ਹੈ ਜੀ ਜਦੋਂ ਆਪਣਾ ਹੈਸ਼ ਘਟ ਹੈ ਤੇ ਉਹਦੇ ਵਿੱਚ ਮੋਇਸਚਰ ਨਹੀਂ ਹੋਊਗਾ ਤੇ ਉਹਨੇ ਜਣਾ ਹੀ ਨਹੀਂ ਉਹਨੇ ਜਣਾ ਫਿਰ ਹਰ ਪਿੱਲਰ ਦੇ ਉੱਤੇ ਪ੍ਰੋਪਰ ਵਾਈਬ੍ਰੇਟਰ ਲੱਗ ਕੇ ਫਿਰ ਇਹਨੂੰ ਕੀਤਾ ਗਿਆ ਠੀਕ ਹੈ ਸਰ ਤੇ ਸਰ ਹੁਣ ਗੱਲ ਕਰਦੇ ਆ ਜਿਹੜੀ ਇੱਕ ਮੈਨੂੰ ਤੁਹਾਡੇ ਕੋਲੇ ਆ ਕੇ ਜਿਹੜਾ ਸਭ ਤੋਂ ਵਧੀਆ ਕਨਸੈਪਟ ਹੋਰ ਲੱਗਿਆ ਵੀ ਵੈਦਰ ਪ੍ਰੂਫ ਤਾਂ ਹੋ ਗਿਆ ਸਾਊਂਡ ਪ੍ਰੂਫ ਹੋ ਗਿਆ ਪਰ ਅੰਦਰ ਵੀ ਤੁਸੀਂ ਪਾਈਪਾਂ ਦਾ ਸਿਸਟਮ ਵੀ ਵਾਟਰ ਪਾਈਪਾਂ ਦਾ ਵੀ ਬਹੁਤ ਵਧੀਆ ਤਰੀਕੇ ਨਾਲ ਕੀਤਾ ਇਹ ਚ ਕੀ ਫਰਕ ਪਾਇਆ ਜੀ ਇਹ ਨਵੀਂ ਟੈਕਨੋਲੋਜੀ ਆਈ ਹੈ ਜੀ ਪਾਈਪ ਦੀ ਜੀ ਜੀ ਜਿਹੜੀ ਕਿ ਇੱਕ ਸਿੰਗਲ ਹੀ ਪਾਈਪ ਆਉਂਦੀ ਹੈ ਠੀਕ ਹੈ ਸਰ ਸਿੰਗਲ ਪਾਈਪ ਹੈ ਜੀ ਜਿਹੜੀ ਸਿੱਧੀ ਵਾਟਰ ਟੈਂਕ ਤੋਂ ਆਊਗੀ ਜੀ ਤੇ ਆਪਣੇ ਇੱਥੇ ਆ ਗਈ ਬਾ ਆਪਣੇ ਬਾਥਰੂਮ ਚ ਆਊਗੀ ਸਿੱਧੇ ਇੱਥੇ ਵਾਸ਼ਰੂਮ ਚ ਆ ਗਈ ਵਾਸ਼ਰੂਮ ਤੋਂ ਹੀ ਇਹ ਆਂਦੀ ਅੱਗੇ ਸਪਲਾਈ ਹੋਊਗੀ ਇੰਦੇ ਚ ਕੋਈ ਜੋੜ ਨਹੀਂ ਹੈਗਾ ਠੀਕ ਹੈ ਜੀ ਤੇ ਅਗਰ ਜਿੱਥੇ ਜੋੜ ਵੀ ਹੈਗੇ ਨੇ ਜੀ ਅਗਰ ਜੋੜ ਨੇ ਜੀ ਆਜਾ ਵਾਸ਼ਰੂਮ ਚੋ ਦਿਖਾ ਦੇਣਾ ਜੀ ਅੰਦਰ ਹਣਾ ਆ ਜੀ ਅਗਰ ਕਿੱਥੇ ਜੋੜ ਵੀ ਨੇ ਠੀਕ ਹੈ ਜੀ ਉੱਥੇ ਕੋਈ ਸੋਲੂਸ਼ਨ ਨਹੀਂ ਹੈਗਾ ਠੀਕ ਹੈ ਜੀ ਕੋਈ ਸੋਲੂਸ਼ਨ ਨਹੀਂ ਜੀ ਇੱਥੇ ਆ ਦੇਖੋ ਆ ਜਿਵੇਂ ਜੋੜ ਨਹੀਂ ਆ ਕੋਈ ਸੋਲੂਸ਼ਨ ਨਹੀਂ ਹੈਗਾ ਠੀਕ ਹੈ ਜੀ ਬਸ ਸਿਰਫ ਇਹ ਕਾਪਰ ਦੇ ਇਹ ਕਾਪਰ ਦੀਆਂ ਹੈਗੀਆਂ ਜੋਇੰਟਸ ਉਹ ਜੋਇੰਟ ਨਾਲ ਹੀ ਜੁੜੂ ਬਸ ਇਹ ਪਾਈਪ ਦੇ ਵਿੱਚ ਪਈ ਐਂਡ ਇਹ ਸਕਰੂ ਟਾਈਟ ਕੀਤਾ ਇਹ ਟਾਈਟ ਹੋ ਗਈ ਇਨ ਫਿਊਚਰ ਕੋਈ ਸਮੱਸਿਆ ਨਹੀਂ ਲੀਕੇਜ ਦੀ ਕੋਈ ਕੁਝ ਨਹੀਂ ਠੀਕ ਹੈ ਜੀ ਤੁਸੀਂ ਫ੍ਰੀ ਹੈਗੇ ਹੋ ਇਹ ਪਾਈਪ ਕਿਹੜੇ ਬ੍ਰਾਂਡ ਦੀ ਆਉਂਦੀ ਹੈ ਤੇ ਦੂਜੀ ਪਾਈਪ ਨਾਲ ਕਿੰਨਾ ਕ ਫਰਕ ਹੈ ਜਿਹੜਾ ਆਪਾਂ ਜਿਹੜੀ ਦੂਜੀ ਪਾਈਪ ਹੈ ਉਸ ਤੋਂ ਇਹ ਕਰੀਬਨ ਡੇਢ ਗੁਣਾ ਮਹਿੰਗੀ ਹੈ ਜੀ ਠੀਕ ਹੈ ਡੇਢ ਗੁਣਾ ਹਾਂਜੀ ਪਰ ਲਾਈਫ ਇਹਦੀ ਮਤਲਬ ਵੀ ਡੇਢ ਦੇ ਕੀ ਡਬਲ ਹੋਣੀ ਆ ਲਾਈਫ ਇਹਦੀ ਬਹੁਤ ਜ਼ਿਆਦਾ ਹੈ ਠੀਕ ਹੈ ਜੀ ਕਿਉਂਕਿ ਉਹ ਸਿਰਫ ਇੱਕ ਪਾਈਪ ਹੈ ਲੇਕਿਨ ਇਸ ਪਾਈਪ ਦੇ ਵਿੱਚ ਤੁਹਾਨੂੰ ਤਿੰਨ ਲਹਿਰਾਂ ਦਾ ਆਰਾਮ ਨਾਲ ਨਿਕਿਆ ਆਉਣਗੀਆਂ ਠੀਕ ਇੱਕ ਤਾਂ ਤੁਸੀਂ ਬਾਹਰ ਕਾਲੇ ਰੰਗ ਦੀ ਦੇਖ ਰਹੇ ਹੋ ਜੀ ਇਸ ਤੋਂ ਬਾਅਦ ਇਹਦੇ ਅੰਦਰ ਜੀ ਐਲੂਮੋਨੀਅਮ ਦੀ ਇੱਕ ਪਾਈਪ ਹੋ ਰਹੀ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਇੱਕ ਰਬੜ ਦੀ ਪਾਈਪ ਹੈ ਜਿਹੜੀ ਕਿ ਤੁਹਾਡੀ ਮਨੁੱਖ ਦੇ ਵਾਸਤੇ ਸੇਫਟੀ ਵੇਸ ਰੱਖ ਕੇ ਉਹਨਾਂ ਨੇ ਉਹ ਰਬੜੀ ਹੈ ਜਿਹੜਾ ਉਸ ਦੀ ਲਹਿਰ ਬਣਾਈ ਹੈ ਠੀਕ ਹੈ ਸਰ ਤਾਂ ਕਿ ਇਹ ਆਪਣੇ ਜੀ ਜੀਵਨ ਵਾਸਤੇ ਹਾਨੀਕਾਰਕ ਨਾ ਹੋਵੇ ਠੀਕ ਹੈ ਜੀ ਇਹ ਕਨਸੈਪਟ ਇਹ ਮਤਲਬ ਉਹੀ ਗੱਲ ਹੈ ਵੀ ਆਪਾਂ ਘਰ ਚ ਕੋਈ ਚੀਜ਼ ਲਾਉਣੇ ਆ ਉਹਦਾ ਨੁਕਸਾਨ ਨਾ ਹੋਵੇ ਆਪਾਂ ਨੂੰ ਬਿਲਕੁਲ ਜੀ ਇਨ ਫਿਊਚਰ ਵੀ ਨਾ ਹੋਵੇ ਠੀਕ ਹੈ ਸਰ ਤੇ ਇੱਕ ਸਰ ਇਹ ਤਾਂ ਹੋ ਗਈ ਆਪਣੀ ਜੋ ਪਾਣੀ ਵਾਲੇ ਪਾਈਪਾਂ ਵੀ ਸਾਰੇ ਸਿੰਗਲ ਪੀਸ ਹੀ ਲਾਏ ਨੇ ਆਪਾਂ ਵੀ ਕੱਲ ਨੂੰ ਕੋਈ ਦਿੱਕਤ ਆਊਗੀ ਤਾਂ ਇੱਕ ਵਾਸ਼ਰੂਮ ਚ ਆਊਗੀ ਤੇ ਹੁਣ ਇਲੈਕਟ੍ਰਿਸਿਟੀ ਚ ਵੀ ਆਪਾਂ ਕੁਝ ਵੱਖਰਾ ਕੀਤਾਗਾ ਬਿਲਕੁਲ ਜੀ ਇਲੈਕਟ੍ਰਿਸਿਟੀ ਤੁਸੀਂ ਦੇਖ ਰਹੇ ਹੋ ਜੀ ਕਿ ਇਹ ਤੁਹਾਨੂੰ ਪਾਈਪਾਂ ਦੀਵਾਰਾਂ ਦੇ ਵਿੱਚ ਨਜ਼ਰ ਆ ਰਹੀਆਂ ਨੇ ਜੀ ਸਰ ਆਮ ਤੌਰ ਤੇ ਜਿਹੜਾ ਇਲੈਕਟ੍ਰੀਸ਼ਨ ਹੁੰਦਾ ਜੀ ਉਹ ਤਾਰਾਂ ਨੂੰ ਨਾ ਛੱਤ ਦੇ ਵਿੱਚ ਹੀ ਘੁਮਾਉਂਦਾ ਠੀਕ ਹੈ ਜੀ ਤੇ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਅਗਰ ਫਾਲਟ ਪੈ ਜੇ ਤੇ ਫਿਰ ਆਪਾਂ ਮਿਸਤਰੀਆਂ ਦੇ ਬਰ ਬਰ ਭਜਦੇ ਆ ਹਾਂ ਜੀ ਵੀ ਕੀ ਦੇ ਕੋਲੇ ਕਿੱਥੇ ਹੋਊ ਕਿਵੇਂ ਹੋਊ ਤੇ ਜਾਂ ਤਾਂ ਉਹਨੂੰ ਲੱਭ ਕੇ ਲਈਏ ਜੀ ਤੇ ਨਹੀਂ ਤਾਂ ਚੱਕਰਾਂ ਵਿੱਚ ਪੈ ਜੰਨੇ ਆ ਬਿਲਕੁਲ ਜੀ ਆ ਤੁਸੀਂ ਉੱਤੇ ਇੱਕ ਚੜੀ ਦੇਖ ਰਹੇ ਹੋ ਆ ਦੇਖੋ ਇੱਕ ਹਾਂ ਉੱਤੇ ਚੜੀ ਦੇਖੋ ਹਾਂਜੀ ਸਰ ਆਏ ਤੇ ਇੱਕ ਚਰੀ ਹੈਗੀ ਹੈ ਜਿਹੜੀ ਨਜ਼ਰ ਆ ਰਹੀ ਹੈ ਬਿਲਕੁਲ ਇਹ ਪਾਈਪਾਂ ਸਾਰੀਆਂ ਦੀਵਾਰ ਦੇ ਵਿੱਚ ਜਾਉਣੀ ਹੈ ਜੀ ਬਾਹਰੀ ਸਾਈਡ ਤੇ ਠੀਕ ਹੈ ਜੀ ਠੀਕ ਹੈ ਜੀ ਜੀ ਇਹਦੇ ਚ ਤਾਰ ਆਉਗੀ ਜਿਹੜੇ ਕਮਰੇ ਦੀ ਤਾਰ ਹੋਊਗੀ ਉਥੇ ਆ ਕੇ ਖਤਮ ਹੋ ਜੂਗੀ ਅਗਲੇ ਕਮਰੇ ਦੀ ਪਾਈਪ ਵੀ ਅੱਡ ਹੋਊਗੀ ਤਾਰ ਵੀ ਅੱਡ ਹੋਊਗੀ ਠੀਕ ਹੈ ਜੀ ਇਹ ਮਤਲਬ ਵਾਟਰ ਚ ਤਾਂ ਇਹ ਲੋਕ ਕਰ ਰਹੇ ਸੀਗੇ ਪਰ ਤੁਸੀਂ ਬਿਜਲੀ ਚ ਵੀ ਇਹ ਕੰਮ ਕੀਤਾਗਾ ਬਿਜਲੀ ਦੇ ਚ ਹੀ ਇਹ ਕਰਤਾ ਠੀਕ ਹੈ ਜੀ ਕਿ ਤੁਸੀਂ ਜਿਸ ਕਮਰੇ ਦੇ ਵਿੱਚ ਹੈਗੇ ਹੋ ਅਗਰ ਤੁਸੀਂ ਬਾਹਰ ਆ ਰਹੇ ਹੋ ਜਾਣਾ ਤੁਸੀਂ ਇੱਕ ਮੇਨ ਸਵਿਚ ਉੱਥੇ ਸਵਿਚ ਲੱਗਿਆ ਉਹਨੂੰ ਹੱਥ ਮਾਰਦੇ ਤੁਹਾਡੀ ਲਾਈਟ ਬੰਦ ਹੈ ਠੀਕ ਹੈ ਜੀ ਜੇ ਉਹ ਹੋਟਲ 'ਚ ਜਾਣੇ ਆਪਾਂ ਕਾਰਡ ਹੁੰਦਾ ਉਹਦਾ ਕੱਢ ਲਓ ਤਾਂ ਰੂਮ ਬੰਦ ਹੈ ਕਿਉਂਕਿ ਅੱਜਕੱਲ ਤੁਹਾਡੇ ਜਿਹੜੇ ਮੀਟਰ ਹੈਗੇ ਜੀ ਉਹਦੇ ਜਿਹੜੀ ਇੱਕ ਹਲਕੀ ਜਿਹੀ ਵੀ ਪੁਆਇੰਟ ਜਗਦਾ ਉਹਦੇ ਵੀ ਪੈਸੇ ਲੱਗਦੇ ਆ ਉਹਦੇ ਵੀ ਪੈਸੇ ਲੱਗਦੇ ਠੀਕ ਹੈ ਜੀ ਹੁਣ ਕਮਰਿਆਂ ਦੇ ਵਿੱਚ ਸਾਰੇ ਆਪਣੇ ਲੱਗੇ ਹੁੰਦੇ ਆ ਜੀ ਜੀ ਤੇ ਜਦੋਂ ਆਪਾਂ ਬਾਹਰ ਆ ਜੰਨੇ ਹੋ ਤਾਂ ਜਗਦਾ ਹੀ ਰਹਿੰਦਾ ਜਗਦੀ ਰਹਿੰਦਾ ਲੇਕਿਨ ਜਦੋਂ ਆਪਾਂ ਬਾਹਰ ਆਵਾਂਗੇ ਉਹ ਬੰਦ ਹੋ ਜਾਊਗਾ ਆਪਣੀ ਪੈਸੇ ਦੀ ਸੇਵਿੰਗ ਉੱਥੇ ਹੋਊਗੀ ਬਿਲਕੁਲ ਜੀ ਬਿਲਕੁਲ ਜਿਹੜਾ ਅੱਜ ਕਰ ਰਹੇ ਆ ਜੀ ਇਹਦੀ ਸੇਵਿੰਗ ਅੱਜ ਤੱਕ ਜ਼ਿਆਦਾ ਲੱਗ ਰਿਹਾ ਹੈ ਕਿ ਸਾਡਾ ਖਰਚਾ ਜ਼ਿਆਦਾ ਹੋ ਰਿਹਾ ਹੈ ਵਸਤਵ ਵਿੱਚ ਦੇ ਹਾਂ ਮੈਂ ਆਮ ਕਰਨ ਨਾਲ ਜਿਹੜਾ ਪਰ ਸਿੰਪਲ ਪਾਉਣਿਆਂ ਤਾਂ 10 20 ਪੈਸੇ ਜ਼ਿਆਦਾ ਹੋਊਗਾ ਇਸ ਤੇ ਜ਼ਿਆਦਾ ਲੱਗ ਰਿਹਾ ਪਰ ਇਨ ਫਿਊਚਰ ਦੇ ਵਿੱਚ ਆ ਇੱਕ ਇਨਵੈਸਟਮੈਂਟ ਹੋ ਰਹੀ ਹੈ ਬਿਲਕੁਲ ਜੀ ਬਿਲਕੁਲ ਲੌਂਗ ਟਰਮ ਵਿੱਚ ਆਪਣਾ ਉਹੀ ਫਾਇਦਾ ਲੌਂਗ ਟਰਮ ਵਿੱਚ ਇਹ ਸਮਝ ਲਓ ਕਿ ਇਹਦਾ ਇੰਟਰਸਟ ਆਪਾਂ ਨੂੰ ਮਿਲਦਾ ਰਹਿਣਾ ਹੈ ਮਿਲਦਾ ਰਹਿਣਾ ਹੈ ਜੀ ਇਹ ਨਹੀਂ ਕਿ ਤੁਸੀਂ ਅੱਜ ਕਰਤੀ ਤੁਹਾਨੂੰ ਆਏ ਬਾਰੇ ਪੇ ਕਰਨਾ ਪੈਣਾ ਹੈ ਜੀ ਤੇ ਅਗਰ ਇਹਨੂੰ ਆਪਾਂ ਮੇਰੀ ਸੋਚ ਇਹ ਹੀ ਹੈ ਜੀ ਸਾਰੀ ਜਿਸ ਤਰ੍ਹਾਂ ਦਾ ਇਹ ਮਕਾਨ ਹੈ ਜੀ ਇਹਨੂੰ 100% ਮੈਂ ਸੋਲਰ ਤੇ ਲਊਗਾ ਨੇਚਰਲ ਤੇ ਹੋਊਗਾ ਸਾਰਾ ਠੀਕ ਹੈ ਜੀ ਸੋਲਰ ਬਿਜਲੀ ਦੀ ਵੀ ਮਤਲਬ ਟੈਂਸ਼ਨ ਖਤ ਹੋਣਾ ਕੋਈ ਲੋੜ ਨਹੀਂ ਹੁਣ ਤੁਸੀਂ ਇੱਥੇ ਖੜੇ ਹੋ ਜੀ ਆ ਨਾਰਥ ਸਾਈਡ ਹੈ ਜੀ ਆ ਈਸਟ ਜੀ ਵੈਸਟ ਨਾਰਥ ਸਾਊਥ ਕੀ ਸਾਰੇ ਪਾਸੇ ਖੁੱਲਿਆ ਹੈ ਕੀ ਤੁਸੀਂ ਮਹਿਸੂਸ ਕਰ ਰਹੇ ਹੋ ਇੱਥੇ ਠੰਡ ਨਹੀਂ ਬਾਹਰ ਜਿੰਨੀ ਠੰਡ ਨਹੀਂ ਹੈਗੀ ਠੰਣੀ ਹੈਗੀ ਨਹੀਂ ਤੇ ਜਦੋਂ ਮੰਨ ਲਓ ਇਹ ਕਵਰ ਹੋ ਗਿਆ ਫਿਰ ਤਾਂ ਬਿਲਕੁਲ ਨਹੀਂ ਰਹਿਣੀ ਫਿਰ ਦੱਸੋ ਸਹੀ ਗੱਲ ਹੈ ਜੀ ਇਹਦੇ ਚ ਤੁਹਾਨੂੰ ਨਾ ਏਸੀ ਦੀ ਜ਼ਰੂਰਤ ਪੈਣੀ ਨਾ ਹੀਟਰ ਦੀ ਲੋੜ ਪੈਣੀ ਤੁਸੀਂ ਆਪ ਦੀ ਸਿੰਪਲ ਜ਼ਿੰਦਗੀ ਜੀਓ ਭਾਲੇ ਜੇ ਕਹਿ ਦੀ ਕੁਦਰਤੀ ਜਿਹੜੀ ਲਾਈਫ ਜਿਉਣਾ ਪਹਿਲਾਂ ਆਪਣੇ ਬਜ਼ੁਰਗ ਜਿਉਂਦੇ ਸੀ ਉਹੀ ਦੁਬਾਰੇ ਲਾਈਫ ਤੁਸੀਂ ਇੱਥੇ ਲਿਆ ਦੋਗੇ ਇੱਥੇ ਲਿਆਉਂਗਾ ਜੀ ਆਹ ਨੋਰਸ ਇਸ ਕਰਕੇ ਖੁੱਲਾ ਰੱਖਿਆ ਹੈ ਜੀ ਇਹਦੇ ਸਾਹਮਣੇ ਤੁਸੀਂ ਆ ਦੇਖ ਰਹੇ ਹੋ ਜਿੱਥੇ ਆ ਇੱਟਾਂ ਦੀ ਜਾਲੀ ਬਣੀ ਹੈ ਠੀਕ ਹੈ ਇਹ ਦੋਨੇ ਪੀਲਰ ਖਾਲੀ ਨਹੀਂ ਵਿੱਚੋਂ ਠੀਕ ਹੈ ਜੀ ਇਧਰ ਉਹ ਹਵਾ ਆਉਗੀ ਅਗਰ ਇਹਦੇ ਵਿੱਚ ਕੋਈ ਗਰਮ ਹਵਾ ਹੈ ਹੋਰ ਹੈ ਉਹ ਸਾਰੀ ਉੱਤੇ ਆਪਣੇ ਆਪ ਨਿਕਲ ਜੂਗੀ ਤੇ ਇੱਥੇ ਦਾ ਟੈਂਪਰੇਚਰ ਜੋ ਹੈ ਉਹ ਮੇਨਟੇਨ ਰਹੂਗਾ ਠੀਕ ਹੈ ਜੀ ਤੁਸੀਂ ਸੋਚ ਰਹੇ ਸੀ ਕਿ ਇਹਨੂੰ ਆਪਾਂ ਵੈਦਰ ਪ੍ਰੂਫ ਤੇ ਸਾਊਂਡ ਪ੍ਰੂਫ ਬਣਾਏ ਅੰਦਰ ਹਿਊਮਿਡਿਟੀ ਬਣੂਗੀ ਬਿਲਕੁਲ ਜੀ ਐਸੇ ਕਰਕੇ ਇਹਨੂੰ ਰੱਖਿਆ ਹੋਇਆ ਕਿਉਂਕਿ ਜਦੋਂ ਹਵਾ ਆਉਗੀ ਆਪਣੇ ਆਪ ਜਿਆਦਾ ਸੈਂਟੀਫਿਕ ਦੇਖਦੇ ਜਦੋਂ ਆਪਾਂ ਜਿਹੜੇ ਪਹਿਲਾਂ ਘਰ ਹੁੰਦੇ ਸੀ ਉੱਚੇ ਜ਼ਿਆਦਾ ਹੁੰਦੇ ਸੀ ਗਰਮੈਸ਼ਤਾ ਹਨ ਨੂੰ ਜਾਂਦੀ ਹੈ ਉਹ ਤਾਂ ਹਨ ਨਿਕਲਣ ਵਾਸਤੇ ਵੀ ਤੁਸੀਂ ਇੱਕ ਆਪਸ਼ਨ ਰੱਖਤੀ ਹਾਂਜੀ ਕਿਉਂਕਿ ਆਹ ਸਾਈਡ ਜਿਹੜੀ ਹੈਗੀ ਹੈ ਨਾਰਥ ਸਾਈਡ ਸਾਊਥ ਸਾਈਡ ਤੋਂ 10 ਫੁੱਟ ਉੱਚੀ ਹੈ ਠੀਕ ਹੈ ਜੀ ਤੇ ਜਦੋਂ 10 ਫੁੱਟ ਦਾ ਪ੍ਰੈਸ਼ਰ ਹੈ ਤਾਂ ਉਹ ਆਟੋਮੈਟਿਕਲੀ ਸਾਊਥ ਦੇ ਚ ਪਊਗਾ ਹਵਾ ਦਾ ਤੇ ਉਹ ਆਪਣੇ ਆਪ ਬਾਹਰ ਨਿਕਲ ਜੂਗੀ ਕੀ ਬਾਤ ਹੈ ਤੇ ਜੇ ਕਰਦਾ ਹੈ ਜੀ ਤੇ ਇਹਦੇ 'ਚ ਤਾਂ ਜੋ ਰਣ ਹੈ ਟਬਰੇਚਰ ਉਹ ਨੋਰਮਲ ਰਹੂਗਾ ਜੀ ਉਹ ਨੋਰਮਲ ਰਹੂਗਾ ਤੁਹਾਡੀ ਹੋਮ ਡਿਊਟੀ ਵੀ ਨਹੀਂ ਰਹਿਣੀ ਇੱਥੇ ਬਿਲਕੁਲ ਜੀ ਤੇ ਇੱਕ ਸਰ ਮੈਂ ਦੇਖ ਰਣਾ ਜਿਵੇਂ ਮੈਂ ਪਿੱਲਰਾਂ ਤੇ ਮੈਂ ਨਿਗਾਹ ਮਾਰ ਰਿਆ ਸੀ ਉਹ ਉੱਪਰ ਡਾਟ ਲੱਗੇ ਹੋਏ ਨੇ ਉਹ ਉਹ ਕੀ ਮਤਲਬ ਕੀਤਾ ਹੋਇਆ ਜੀ ਪ੍ਰੋਜੈਕਟ ਇਹ ਪਿੱਲਰ ਇਸ ਤਰ੍ਹਾਂ ਹੈ ਜੀ ਕਿ ਆਮ ਤੌਰ ਤੇ ਮਿਸਤਰੀ ਪਿੱਲਰ ਦੇ ਉੱਤੇ ਬਣਵਾ ਦਿੰਦੇ ਆ ਉਸ ਤੋਂ ਬਾਅਦ ਉਹ ਕੀ ਕਰਦੇ ਆ ਕਿ ਉੱਥੇ ਚਿਣਾਈ ਲਾ ਦਿੰਦੇ ਸਿੱਧਾ ਅਟੈਚ ਕਰ ਦਿੰਦੇ ਮਤਲਬ ਸਿੱਧਾ ਅਟੈਚ ਕਰ ਦਿੰਦੇ ਆ ਠੀਕ ਹੈ ਜੀ ਆ ਇੱਕ ਦੇਸੀ ਬੁਰਜੀ ਲੱਗੀ ਐ ਇਹ ਰਹਿਣੀ ਨਹੀਂ ਵੈਸੇ ਠੀਕ ਮੈਂ ਦਿਖਾ ਦੇਣਾ ਚਾਹੁੰਦਾ ਜੀ ਆ ਇੱਕ ਦੇਸੀ ਬੁਰਜੀ ਲੱਗੀ ਐ ਜੀ ਆ ਦੇਖੋ ਆ ਸਪੇਸ ਐ ਹਾਂਜੀ ਇਨ ਫਿਊਚਰ ਜਦੋਂ ਤੁਸੀਂ ਬਾਹਰ ਪਰੋਗੇ ਇੱਥੇ ਤਰੇੜਾ ਆ ਜਾਣੀ ਐ ਹਾਂ ਕਿਉਂਕਿ ਕਿਉਂਕਿ ਇਹਦੇ ਸੀਮੈਂਟ ਹੈ ਹੀ ਨਹੀਂ ਵਿੱਚ ਇਹਦੇ ਪ੍ਰੈਸ਼ਰ ਹੈਗਾ ਨਾ ਲੇਕਿਨ ਤੁਸੀਂ ਉੱਤੇ ਦੇਖੋ ਤੁਹਾਨੂੰ ਵਿੱਚ ਸੀਮੈਂਟ ਵੀ ਨਜ਼ਰ ਆ ਰਿਹਾ ਇਹ ਟੱਕ ਲੱਗੇ ਹੋਏ ਨੇ ਹਾਂਜੀ ਇਹ ਅਸੀਂ ਪਿੱਲਰ ਨੂੰ ਛਿੱਲ ਦੇਨੇ ਆ ਹੈਮਰ ਦੇ ਨਾਲ ਠੀਕ ਆ ਜੀ ਪਿੱਲਰ 'ਚ ਇੱਕ ਤਰ੍ਹਾਂ ਦਾ ਕਹਿੰਦੇ ਜ਼ਖਮ ਕਰ ਦਿੰਨੇ ਆ ਆਹ ਜ਼ਖਮ ਕਰਕੇ ਤੇ ਜਿਹੜੀ ਇੱਟ ਐ ਸੀਮਟ ਅਤੇ ਪਿੱਲਰ ਇਹਨਾਂ ਨੂੰ ਇੱਕੋ ਕਰ ਦੇਈਦਾ ਹੈ ਠੀਕ ਹੈ ਸਰ ਤਾਂ ਕਿ ਅਗਰ ਇਨ ਫਿਊਚਰ ਕਦੇ ਤੁਹਾਡੇ ਘਰ ਦੇ ਵਿੱਚ ਪੁਚਾਲ ਵੀ ਆ ਜੇ ਕੁਝ ਵੀ ਆ ਜੇ ਤੇ ਇੱਟਾਂ ਆਪਸੇ ਜੁੜੀਆਂ ਰਹਿਣ ਠੀਕ ਹੈ ਜੀ ਤਰੇੜਾ ਨਾ ਹੋਣ ਤਰੇੜਾ ਨਾ ਹੋਣ ਹਾਂਜੀ ਤੇ ਹੁਣ ਪੁਚਾਲ ਵਾਲੀ ਤੁਸੀਂ ਗੱਲ ਕੀਤੀ ਸੀ ਹਾਂਜੀ ਪੁਚਾਲ ਦੇ ਅਕੋਰਡਿੰਗ ਵੀ ਕੋਈ ਆਪਰ ਸਰਚ ਕੀਤਾ ਤੇ ਵੀ ਪੁਚਾਲ ਬਿਲਕੁਲ ਜੀ ਇਹਦੇ ਵਿੱਚ ਜਿੱਥੇ ਆਪਾਂ ਖੜੇ ਆ ਜੀ ਇੱਥੋਂ ਅਗਰ ਆਪਾਂ ਸਹੀ ਜਾਂਦਾ ਪੂਰਾ ਏਟਲਾ ਬੇਸ ਲਈਏ ਜੀ ਉਹ ਕਰੀਬਨ 13 ਫੁੱਟ ਠੀਕ ਹੈ ਜੀ 13 ਫੁੱਟ ਹਿੱਟ 7 ਫੁੱਟ ਪਿੱਲਰ ਆਗੇ ਉਸ ਤੋਂ ਬਾਅਦ 6 ਫੁੱਟ ਮਿਲਦਾ ਉਹ ਆ ਗਿਆ ਆਪਣੀ ਕੰਟਾਈ ਉਹ ਹਿੱਟਾ ਉਹ 13 ਫੁੱਟ ਹੋ ਗਿਆ ਜੀ 13 ਫੁੱਟ ਦੇ ਹਿੱਟਾ 6x6 ਦੀ ਤਾਂ ਚੌਕੀ ਬਣੀ ਹੋਈ ਹੈ ਠੀਕ ਹੈ ਜੀ ਜਿੰਦੀ ਚੌਕੀ ਚੌਕੀ ਦੀ ਮੋਟਾਈ 2 ਫੁੱਟ ਹੈ ਠੀਕ ਹੈ ਜੀ ਉਸ ਤੋਂ ਬਾਅਦ ਉਸ ਦਾ ਪੈਰਾਮਿਡ ਬਣਾਤਾ ਠੀਕ ਹੈ ਜੀ ਜਿਹੜਾ 3 ਫੁੱਟ ਪੈਰਾਮਿਡ ਹੈ ਠੀਕ ਹੈ ਜੀ ਚੌਕੀ ਬਣ ਗਈ 2 ਫੁੱਟ 3 ਫੁੱਟ ਉਹਨਾਂ ਦਾ ਪੈਰਾਮਿਡ ਬਣ ਗਿਆ ਜੀ ਉਹ ਪਿੱਲਰ ਦੇ ਨਾਲ ਅਟੈਚ ਹੋ ਗਿਆ ਠੀਕ ਹੈ ਜੀ ਇਹ ਹੈਗਾ ਪੁਚਾਲ ਦਾ ਜੋ ਅਸਰੇ ਦੇ ਤੇ ਪਊਗਾ ਉਹਨੂੰ ਬਚਾਉਣ ਵਾਸਤੇ ਕਿਉਂਕਿ ਲੋਕੀ ਕੀ ਕਰਦੇ ਸਿੱਧੀ ਚੌਕੀ ਪਰ ਦਿੰਦੇ ਉਹਦੇ ਉੱਤੇ ਪਿੱਲਰ ਖੜਾ ਕਰ ਦਿੰਦੇ ਠੀਕ ਹੈ ਜੀ ਆਪਾਂ ਪਿੱਲਰ ਨੂੰ ਇਸ ਤਰੀਕੇ ਨਾਲ ਚੌਪੜੀ ਤਰ੍ਹਾਂ ਸਪੋਰਟ ਦਿੱਤੀ ਆਪਾਂ ਚੌਪੜੀ ਤਰ੍ਹਾਂ ਸਪੋਰਟ ਦਿੱਤੀ ਆ ਯਾਨੀ ਕਿ ਤੁਸੀਂ ਆ ਦੇਖੋਗੇ ਕਿ ਜੋ ਤੁਹਾਡਾ ਪਿੱਲਰ ਹੈ ਜੀ ਇੱਥਾ ਤੋਂ ਲੈ ਕੇ 4.5 ਫੁੱਟ ਤੁਹਾਡਾ ਪਿੱਲਰ ਇੱਕ ਤਰ੍ਹਾਂ ਦਾ ਪਰਵਾ ਹੋ ਗਿਆ ਸਪੋਰਟ ਦੇ ਚ ਹੋ ਗਿਆ ਹਾਂ ਡਬਲ ਹੋ ਗਿਆ ਉਹ ਜਿਵੇਂ ਜੇ ਆਪਾਂ ਕਹਈਏ ਜੀ ਜਿਹੜੀਆਂ ਬਿਜਲੀ ਵਾਲੀਆਂ ਵੱਡੀਆਂ ਤਾਰਾਂ ਜਾਂਦੀਆਂ ਨੇ ਉਹ ਇਸ ਤਰੀਕੇ ਨਾਲ ਹੁੰਦੀਆਂ ਨੇ ਉਹ اسی ਤਰੀਕੇ ਉਸੇ ਤਰੀਕੇ ਨਾਲ ਇਹਦਾ ਪਿੱਲਰ ਪੁਰਿਆ ਠੀਕ ਹੈ ਜੀ ਤਾਂ ਕਿ ਅਗਰ ਕਿੰਨਾ ਵੀ ਤਕੜਾ ਆ ਜਾਏ ਰੱਬ ਤੋਂ ਦੁਆ ਕਰਦਾ ਸੋਚ ਹੈ ਮੇਰੀ ਕਿ ਹਿੱਲਣੀ ਨਹੀਂ ਚਾਹੀਦਾ ਠੀਕ ਹੈ ਜੀ ਔਰ ਨਾਰਮਲ ਜੇ ਕਹਿੰਦੇ ਇੰਡੀਆ ਚ 8 ਫੁੱਟ ਤੋਂ ਉੱਪਰ ਜਾਂਦਾ ਨਹੀਂਗਾ 8 ਤੱਕ ਇਹਨੂੰ ਹੁੰਦਾ ਨਹੀਂ ਜੇ ਹੁਣ ਰੱਬ ਨੇ ਕਹਿੰਨਾ ਉਲਟਾ ਫੁਲਟ ਕਰਨਾ ਫਿਰ ਸਾਰੀ ਦੁਨੀਆ ਹੋ ਜੂ ਉਹ ਸਾਰੀ ਦੁਨੀਆ ਹੋ ਜਾਂਦੀ ਹੈ ਹਾਂਜੀ ਉਸ ਤੋਂ ਬਾਅਦ 3.5 ਫੁੱਟ ਤੇ ਆ ਕੇ ਜੀ ਇਹਨੂੰ ਫਿਰ ਇੱਕ ਬੰਨ੍ਹ ਤਾ ਸਾਰੇ ਨੂੰ ਠੀਕ ਹੈ ਜੀ ਸਾਰੇ ਪਿੱਲਰ ਨੂੰ 16 ਪਿੱਲਰਾਂ ਨੂੰ ਫਿਰ ਬੰਨ੍ਹ ਤਾ ਆਪਸ ਦੇ ਵਿੱਚ ਠੀਕ ਹੈ ਜੀ ਇੱਕ ਛੋਟਾ ਬੀਮ ਪਾ ਕੇ 16 ਪਿੱਲਰ ਆਪਸ ਦੇ ਸਾਰੇ ਕਨੈਕਟ ਕਰਤੇ ਠੀਕ ਹੈ ਸਰ ਠੀਕ ਹੈ ਇਸ ਤੋਂ ਬਾਅਦ ਫਿਰ ਹੁਣ 3.5 ਫੁੱਟ ਉੱਤੇ ਆ ਕੇ ਫਿਰ ਆਪਣਾ ਇਹ ਆ ਗਿਆ ਜੀ ਪਲੰਥ ਵੀਮ ਜੀ ਜੋ ਪਲੰਥ ਵੀਮ ਦਾ ਸਾਈਜ਼ ਹੈ ਉਹ ਡੂਡ ਬਾਈ ਫੁੱਟ ਦਾ ਹੈ ਠੀਕ ਹੈ ਜੀ ਡੂਡ ਫੁੱਟ ਉੱਚਾ 1 ਫੁੱਟ ਚੌੜਾ 1 ਫੁੱਟ ਦਾ ਇਹਨੂੰ ਫੇਰ ਬੰਨਤਾ ਸੀ ਠੀਕ ਹੈ ਜੀ ਹੁਣ ਇਹ ਤਾਂ ਆ ਗਿਆ ਬੇਸ ਇਹਦਾ ਸਾਰਾ ਮਤਲ ਥੱਲੇੋਂ ਤਾਂ ਜਿਹੜੀ ਕਰ ਸਕਦੇ ਮਜ਼ਬੂਤੀ ਕਰੀ ਦਿੱਤੀ ਉਹ ਉੱਪਰ ਤੱਕ ਹਾਂਜੀ ਜੀ ਹੁਣ ਮੈਂ ਚਾਹੂੰਗਾ ਜੀ ਸਾਡੇ ਮਿਸਤਰੀ ਜੀ ਨੂੰ ਵੀ ਦੇਖ ਲੋ ਜੀ ਇਹ ਸਾਡੇ ਇੱਥੇ ਦੇ ਇਹ ਬਈ ਠੇਕੇਦਾਰ ਹੈਗਾ ਠੇਕੇਦਾਰ ਨਹੀਂ ਜੀ ਹਾਂਜੀ ਇਹ ਮਿਸਤਰੀ ਨੇ ਸਾਡੇ ਮਿਸਤਰੀ ਨੇ ਹਾਂਜੀ ਸਾਰਾ ਕੰਮ ਇਹਨਾਂ ਨੇ ਕੀਤਾ ਹਿਸਾਬ ਸਹੀ ਇੱਕ ਕੰਮ ਇਹਨਾਂ ਨੇ ਇਹ ਕਰ ਰਹੇ ਨੇ ਜੀ ਠੀਕ ਹੈ ਜੀ ਇਹਨਾਂ ਵੱਲੋਂ ਤਾਂ ਨਹੀਂ ਫਿਰ ਕੋਈ ਐ ਹੋਇਆ ਵੀ ਕਿਤੇ ਯਾਰ ਵੀ ਆ ਕੀ ਕਰਤਾ ਉਹ ਕੀ ਕਰਤਾ ਇੰਨੇ ਕੰਮ ਕਰਾਈ ਜਾਂਦੇ ਹੋ ਨਹੀਂ ਜੇ ਗਲਤ ਕੰਮ ਕਰੇਗਾ ਆਪਾਂ ਤੋੜ ਦੇ ਦਿੰਨੇ ਆਪਾਂ ਕਿਹੜਾ ਠੇਕਾ ਦਿੱਤਾ ਹੈ ਆਪਾਂ ਤੇ ਅੱਡੀ ਤੇ ਕਰਦਾ ਜੇ ਗਲਤ ਕੰਮ ਕਰਦੇ ਆਪਾਂ ਤੋੜ ਦੇ ਦਿੰਨੇ ਆ ਦੁਬਾਰਾ ਬਣਾ ਲਓ ਭਾਈ ਅਗੇ ਮਿਸਤਰੀ ਸਾਹਿਬ ਨਾਲ ਵੀ ਗੱਲਬਾਤ ਕਰ ਲਈ ਫਿਰ ਥੋੜੀ ਜੀ ਬਿਲਕੁਲ ਜੀ ਮਿਸਤਰੀ ਜੀ ਸਮਾਗਤ ਹੈ ਜੀ ਹਾਂ ਕੰਮ ਬਹੁਤ ਵਧੀਆ ਜੀ ਜੀ ਤੇ ਮੇਰੀ ਲਾਈਫ ਦੇ ਵਿੱਚ ਪੰਜਵਾਂ ਛੇਵਾਂ ਕੰਮ ਹੈ ਜੀ ਠੀਕ ਹੈ ਜੀ ਤੇ ਸਭ ਤੋਂ ਟੋਪ ਦਾ ਕੰਮ ਇਹ ਹੀ ਹੋ ਰਿਹਾ ਇਸ ਟਾਈਮ ਠੀਕ ਹੈ ਬਲ ਬੱਕਰੇ ਤਰੀਕੇ ਦੇ ਹਾਂਜੀ ਬੱਕਰੇ ਤਰੀਕੇ ਦਾ ਠੀਕ ਹੈ ਜੀ ਤੇ ਮੁਸ਼ਕਲਾਂ ਵੀ ਆਈਆਂ ਹੋਣਗੀਆਂ ਫਿਰ ਆ ਵਿੱਚ ਜਿਵੇਂ ਨਹੀਂ ਨਹੀਂ ਸਾਨੂੰ ਕੋਈ ਮੁਸ਼ਕਲ ਨਹੀਂ ਆਈ ਠੀਕ ਹੈ ਕਿਉਂਕਿ ਸਾਡੇ ਦਾ ਇਹ ਕੰਮ ਹੈਗਾ ਜੀ ਕੰਮ ਹੈ ਕਾਰੀਗਰਾਂ ਦਾ ਹਾਂਜੀ ਹਾਂਜੀ ਜੀ ਮੁਸ਼ਕਲ ਉਹਨੂੰ ਆਉਣੀ ਹੈ ਜੀ ਜਿਹੜਾ ਨਵਾਂ ਨਵਾਂ ਹੋਵੇ ਜੀ ਬਿਲਕੁਲ ਜੀ ਹਾਂਜੀ ਤੇ ਹੋਰ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਕੁਝ ਜੇ ਦਰਸ਼ਕਾਂ ਲਈ ਬੱਸ ਮੇਰਾ ਹੀ ਹੈ ਜੀ ਵਧੀਆ ਕੰਮ ਕਰੋ ਮਿਸਤਰੀ ਨੂੰ ਵਧੀਆ ਕੰਮ ਕਰਨਾ ਚਾਹੀਦਾ ਹੈ ਸਭ ਤੋਂ ਟੋਪ ਦਾ ਕੰਮ ਕਰੋ ਜੀ ਜੀ ਵੀ ਗਲਤੀਆਂ ਘੱਟ ਕਰੋ ਤੇ ਚੰਗਾ ਕੰਮ ਕਰੋ ਠੀਕ ਹੈ ਜੀ ਧੰਨਵਾਦ ਮਿਸਤਰੀ ਸਾਹਿਬ ਠੀਕ ਹੈ ਜੀ ਤੇ ਲੋ ਵੀ ਸਾਡੇ ਉਹ ਪਲੰਬਰ ਸਾਹਿਬ ਹੈਗੇ ਇਹ ਮੁੰਡਾ ਪਲੰਬਰ ਹੈ ਜੀ ਇਹਨੂੰ ਵੀ ਦਿਖਾ ਦੇ ਕੈਮਰੇ 'ਚ ਕਿਉਂਕਿ ਇਹ ਸਾਰੇ ਮਾਰੇ ਇਹ ਦੱਸੂਗਾ ਜ਼ਿਆਦਾ ਠੀਕ ਹੈ ਫਿਟਿੰਗ ਬਾਰੇ ਦੱਸੂਗਾ ਸਾਰਾ ਤੇ ਬਾਈ ਜਿਹਨਾਂ ਨਾਲ ਗੱਲ ਕਰਦੇ ਆਂ ਬਾਈ ਫਿਟਿੰਗ ਬਾਰੇ ਫਿਰ ਬੱਖਰੇ ਤਰੀਕੇ ਦੀ ਫਿਟਿੰਗ ਹੋਈ ਆ ਵੀਰੇ ਇਹਦਾ ਵੀ ਆ ਤੇ ਨਾ ਦਰਸ਼ਕਾਂ ਨੂੰ ਥੋੜਾ ਜਿਹਾ ਦੱਸੀਏ ਫਿਰ ਇਹ ਬਈ ਕੰਪੋਜ਼ਿਟ ਫਿਟਿੰਗ ਹੈ ਜੀ ਇਹਦੇ ਚ ਇਹ ਵਾਲਾ ਸਿਸਟਮ ਹੈ ਸਾਰੇ ਐਲਬੋ ਵਗੈਰਾ ਬੈਂਡ ਵਗੈਰਾ ਕਿਸੇ ਚੀਜ਼ ਬੰਨ ਦੀ ਜ਼ਰੂਰਤ ਨਹੀਂ ਹੈ ਠੀਕ ਹੈ ਜੀ ਇਹਦਾ ਨੋਰਮਲ ਪਾਈਪ ਨਾਲੋਂ ਦੁੱਗਣਾ ਪ੍ਰੈਸ਼ਰ ਹੁੰਦਾ ਹੈ अच्छा जी हां जी ये हॉट एंड कोल्ड किसी तरह का किन्ने मर्ज़ी टेंपरेचर पे चला लो ਤੁਸੀਂ ਇਹਨੂੰ ਕੋਈ ਦਿੱਕਤ ਨਹੀਂ ਐ ਇਹਨੂੰ ਸਰ ਠੀਕ ਹੈ ਜੀ ਹਾਂ ਜੀ ਇਹ ਕਿਹੜੇ ਬ੍ਰਾਂਡ ਦੀ ਆ ਜਾਂਦੀ ਹੈ ਇਹ ਇਹ ਸੁਪਰੀਮ ਦੀ ਹੈ ਪੈਕਸ ਫਿਟਿੰਗ ਹੈ ਇਹ ਪੈਕਸ ਫਿਟਿੰਗ ਹਾਂ ਜੀ ਸੁਪਰੀਮ ਨੇ ਨਵੀਂ ਲਾਂਚ ਕੀਤੀ ਹੈ ਠੀਕ ਹੈ ਜੀ ਹਾਂ ਜੀ ਬਲਜੇ ਕਹੇ ਦੀ ਵੀ ਅੱਜ ਦੇ ਟਾਈਮ 'ਚ ਜੇ ਕੋਈ ਪਾਈਪ ਲਾਈਨ ਹੈ ਸਭ ਤੋਂ ਬੈਸਟ ਇਹੀ ਹਾਂ ਜੀ ਹਾਂ ਜੀ ਠੀਕ ਹੈ ਸਰ ਹਾਂ ਕੰਪੋਜ਼ਿਟ ਸੈਗਮੈਂਟ 'ਚ ਸਭ ਤੋਂ ਬੈਸਟ ਪਾਈਪ ਹੈ ਠੀਕ ਹੈ ਜੀ ਹਾਂ ਜੀ ਸਰ ਤੇ ਹੋਰ ਕੋਈ ਬੈਨੀਫਿਟ ਹੈ ਤੇ ਜਾਂ ਕੋਈ ਨੁਕਸਾਨ ਕੀ ਨੁਕਸਾਨ ਕੋਈ ਨਹੀਂ ਸਾਰੇ ਦੇ ਸਾਰੇ ਪਲੱਸ ਪੁਆਇੰਟ ਹੀ ਨੇ ਪਲੱਸ ਸੋਲਰ ਤੇ ਚਲਗਾ ਲਈਏ ਜਾਂ ਪ੍ਰੈਸ਼ਰ ਪੰਪ ਲਗਾ ਲਈਏ ਕੋਈ ਫਟਨ ਦਾ ਕਿਸੇ ਤਰ੍ਹਾਂ ਦਾ ਕੋਈ ਚਾਂਸਸ ਨਹੀਂ ਮਤਲਬ ਕੱਲ ਨੂੰ ਇਹ ਨਹੀਂ ਹੈਗਾ ਵੀ ਹਾਂ ਜੋੜ ਹੈ ਹੀ ਨਹੀਂ ਸਰ ਉੱਪਰ ਲਾਉਣਾ ਪਊਗਾ ਵੀ ਇਹ ਆਹ ਕੱਜ ਜਾਊਗਾ ਜੋੜ ਹੈ ਹੀ ਨਹੀਂ ਸਰ ਉੱਪਰ ਨੀਚੇ ਤੋਂ ਉੱਪਰ ਟੈਂਕੀਓ ਤੋਂ ਲੈ ਕੇ ਸਿੱਧੀ ਬਾਥਰੂਮ ਤੱਕ ਸਿੰਗਲ ਸਪਲਾਈ ਆ ਰਹੀ ਹੈ ਠੀਕ ਹੈ ਜੀ ਹਾਂਜੀ ਸਰ ਤੇ ਹੋਰ ਬਾਈ ਕੁਝ ਵੱਖਰਾ ਕੀਤਾ ਹੋਵੇ ਦੱਸਣਾ ਚਾਹੁੰਦਾ ਦਰਸ਼ਕਾਂ ਨੂੰ ਨਹੀਂ ਬਸ ਵਖਰੀ ਤਾਂ ਕੋਠੀ ਸਾਡੀ ਵਖਰੀ ਬਣੀ ਹੋਈ ਹੈ ਇੱਕ ਹਾਂਜੀ ਠੀਕ ਹੈ ਹਾਂ ਇਹ ਬਸ ਬਹੁਤ ਵਧੀਆ ਬਣਾਈ ਹੋਈ ਹੈ ਜੀ ਹਾਂ ਦੇਖੋ ਹਰ ਪਾਸੇ ਰੋਸ਼ਨੀ ਚਾਰੇ ਪਾਸੇ ਹਵਾਦਾਰ ਤੇ ਹਾਂ ਹਵਾਦਾਰ ਤੇ ਹਰ ਇੱਕ ਪੁਆਇੰਟ ਬੰਦੇ ਨਜ਼ਰ ਰੱਖ ਕੇ ਬਣਾਇਆ ਬਿਲਕੁਲ 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 ਜੇ ਗੱਲ ਕਰੀ ਜੀ ਹੁਣ ਆਪਾਂ ਆ ਗਏ ਫਰਸਟ ਫਲੋਰ ਤੇ ਫਰਸਟ ਫਲੋਰ ਦਾ ਪਹਿਲਾ ਪਲਾਨ ਦੱਸ ਦੀ ਵੀ ਕਿੰਨੇ ਰੂਮ ਨੇ ਕੀ ਕੀ ਸਟਰਕਚਰ ਰੱਖਿਆ ਜੀ ਆਪਾਂ ਫਰਸਟ ਫਲੋਰ ਦੇ ਵਿੱਚ ਦੋ ਰੂਮ ਪਲੱਸ ਇੱਕ ਮਾਸਟਰ ਬੈੱਡਰੂਮ ਪਲੱਸ ਇੱਕ ਹਾਲ ਰੱਖਿਆ ਹੋਇਆ ਹੈ ਫੈਮਿਲੀ ਹਾਲ ਠੀਕ ਹੈ ਜੀ ਤਾਂ ਕਿ ਘਰ ਦੇ ਵਿੱਚ ਕੋਈ ਛੋਟਾ ਮੋਟਾ ਫੰਕਸ਼ਨ ਹੋਵੇ ਤੇ ਆਪਾਂ ਉਹ ਇੰਜੋਏ ਕਰਨਾ ਹੈ ਇੱਥੇ ਕਰ ਸਕਦੇ ਆਂ ਅੰਦਰ ਸ਼ੀ ਹਾਂ ਇੱਥੇ ਕਰ ਸਕਦੇ ਆ ਠੀਕ ਹੈ ਜੀ ਬਾਕੀ ਜੇ ਹਾਸੇ ਵਾਲੀ ਗੱਲ ਕਹੋਗੇ ਤਾਂ ਉਹ ਵੀ ਸੁਣਾ ਦੇਣਾ ਜੀ ਸਰ ਸੁਣਾਓ ਜਰੂਰ ਅੱਜ ਕੱਲ ਨਾ ਭਾਈ ਗੁੱਸਾ ਨਾ ਬਣਾਇਓ ਜੀ ਜਦੋਂ ਵਿਆਹ ਸ਼ਾਦੀ ਹੁੰਦੀ ਹੈ ਨਾ ਤੇ ਆਪਣੇ ਘਰੇ ਜੋ ਲੇਡੀਜ਼ ਵਰਗ ਹੁੰਦੇ ਨਾ ਉਹ ਆਪਸ ਦੇ ਚੁਗਲੀਆਂ ਚੰਟੀਆਂ ਕਰਦੇ ਠੀਕ ਹੈ ਜੀ ਤੇ ਉਹਨਾਂ ਦੀ ਇੱਛਾ ਹੁੰਦੀ ਕਿ ਸਾਨੂੰ ਇੱਕ ਇਹਦਾ ਕਮਰਾ ਚਾਹੀਦਾ ਵੱਡਾ ਜਿੱਥੇ ਠਾ ਗੱਲਾਂ ਅਸੀਂ ਇਕੱਠਿਆਂ ਵੀ ਬਹਿ ਜੀਏ ਗੱਦਾ ਲਾ ਕੇ ਤੇ ਇਕੱਠੇ ਬਹਿ ਕੇ ਉਹ ਸਾਰੀਆਂ ਦਿਲ ਦੇ ਪੜਾ ਕਰ ਲਈਏ ਦਿਲ ਦੀ ਪੜਾਸ ਕੱਢ ਲਈਏ ਜਲਦੀ ਅਬਾਦਾਸ ਕੱਢਣ ਵਾਸਤੇ ਜੀ ਆ ਇੱਕ 올 ਰੂਮ ਬਣਾਇਆ ਹੋਇਆ ਅੱਛਾ ਇਧਰ ਵੱਡਾ ਹਾਲ ਰੂਮ ਆ ਗਿਆ ਜੀ ਇੱਕ ਹਾਲ ਰੂਮ ਵੀ ਹੈ ਜੀ ਤੇ ਜੇ ਕਹ ਦੀਏ ਮਤਲ ਗੱਲਾਂ ਕਰਨ ਵਾਸਤੇ ਪੂਰਾ ਪ੍ਰੋਪਰਟੀ ਦਾ ਹੈ ਇਹ ਪੂਰਾ ਵੈਸੇ ਮੇਰੀ ਜਿਉ ਸੋਚ ਹੈ ਉਹ ਹੈ ਕਿ ਜਦੋਂ ਫੰਕਸ਼ਨ ਹੁੰਦਾ ਹੈ ਲੇਡੀਜ਼ ਵਾਸਤੇ ਇੱਥੇ ਗੱਦੇ ਲਾ ਕੇ ਇਹ ਉਹਨਾਂ ਨੂੰ ਇੱਕ ਹਾਲ ਰੂਮ ਝੋਪ ਦੇਾਂਗੇ ਠੀਕ ਹੈ ਜੀ ਕੀ ਆਜਾ ਕਰ ਲੋ ਠੀਕ ਹੈ ਜੀ ਤੇ ਇਹ ਸਰ ਕੀ ਚੀਜ਼ ਹੈਗੀ ਇਹ ਪਲਸ 2 ਇੱਕ ਕੰਪਨੀ ਹੈਗੀ ਹੈ ਜੀ ਅਸਾ ਪਲਾਸਟਿਕ ਟੈਂਕੀਆਂ ਹਾਂਜੀ ਠੀਕ ਹੈ ਜੀ ਹਰ ਟੈਂਕੀ ਤੁਸੀਂ ਦੇਖਦੇ ਹੋਣੇ ਗੋਲ ਹੋਣੀ ਹੈ ਲੇਕਿਨ ਇਹ ਲੰਬੀਆਂ ਨੇ ਇਹ ਕਿਵੇਂ ਕਿਸ ਤਰ੍ਹਾਂ ਦੀ ਹੈਗੀ ਏ ਇਹਦਾ ਕਿਸ਼ਤੀ ਵਾਲੀ ਟੈਂਕੀ ਹੈਗੀ ਹਾਂਜੀ ਜੀ ਅਗਰ 1000 ਲੀਟਰ ਦੀ ਆਪਾਂ ਟੈਂਕੀ ਲਈਏ ਤੇ ਉਹਨੂੰ ਰੱਖੀਏ ਤਾਂ ਉਹ ਉੱਚੀਆਂ ਚੌੜੀਆਂ ਸਾਰੀਆਂ ਕੁਝ ਹੁੰਦੀਆਂ ਜੀ ਲੇਕਿਨ ਇਹ ਕੰਫਰਟੇਬਲ ਸਾਈਜ਼ ਹੈਗਾ ਜੀ ਤੇ ਇਹਦਾ ਬੈਨੀਫਿਟ ਇਹ ਹੈ ਕਿ ਇਹ ਹਿਊਮਨ ਲਾਈਫ ਵਾਸਤੇ ਸਾਰਿਆਂ ਤੋਂ ਸੇਫਸਟ ਟੈਂਕੀ ਹੈਗੀ ਹੈ ਪੀ ਪਾਣੀ ਨੂੰ ਸਾਫ਼ ਰੱਖਦੀ ਏ ਜੀ ਇਹ ਪਾਣੀ ਵੀ ਸਾਫ਼ ਰੱਖੂਗੀ ਕਹਿੰਦੇ ਜੋ ਮਟੀਰੀਅਲ ਯੂਜ਼ ਹੋਇਆ ਹੈ ਜੀ ਉਹ ਵੀ ਉਹ ਵੀ ਸਰਟੀਫਾਈਡ ਹੈ ਮਤਲਬ ਹੈਲਥ ਵਾਈਜ਼ ਵਧੀਆ ਹੈ ਹੈਲਥ ਵਾਈਜ਼ ਵਧੀਆ ਪਲਾਸਟਿਕ ਦਾ ਜੋ ਕਹਿੰਦੇ ਹੁੰਦੇ ਆਪ ਨੂੰ ਨੁਕਸਾਨ ਹੁੰਦਾ ਵੀ ਉਹ ਇਹ ਚ ਉਹ ਇਹਦੇ ਚ ਹੈ ਨਹੀਂ ਠੀਕ ਹੈ ਜੀ ਤੇ ਇਹ ਮਹਿੰਗੀ ਕਿੰਨੇ ਕੁ ਪਈ ਦੂਜੀ ਨਾਲੋਂ ਜੀ ਉਹਨਾਂ ਤੋਂ ਇਹ ਕੋਈ ਠੀਕ ਹੈ ਜੀ ਵੀਕ ਪੈਸੇ ਮਹਿੰਗੀ ਹੈਗੀ ਹੈ ਲੀਟਰ ਦੀ ਠੀਕ ਹੈ ਜੀ ਆਸਟੋ ਕੰਪਨੀ ਨਹੀਂ ਆਉਂਦੀ ਆ ਦੋਸਤੋ ਟੈਂਕੀ ਲਗਭਗ ਸਾਰੀ ਲਵਾ ਰਹੇ ਹੁਣ ਲਵਾਉਂਗੇ ਅੱਗੇ ਜਿਵੇਂ ਸਾਰਾ ਹੋਰ ਨੇ ਦੱਸਿਆ ਵੀ ਤੇ ਬੈਨੀਫਿਟ ਹੈਲਥ ਵਾਸਤੇ ਐਸ ਦੇ ਬੈਨੀਫਿਟ ਨੇ ਜੀ ਤਾਂ ਇਹੀ ਜਰੂਰ ਲਵਾਓ ਕਿਉਂਕਿ ਹੈਲਥ ਤੋਂ ਉੱਪਰ ਕੁਝ ਨਹੀਂ ਹੈਗਾ ਹੋਰ ਕਿਤੇ ਆਪਾਂ ਕੰਜੂਸੀ ਕਰ ਸਕਦੇ ਆ ਪਰ ਐਸ ਤਰੀਕੇ ਦੀ ਚੀਜ਼ ਤੇ ਆਪਾਂ ਨਾ ਕਰੀ ਮੈਂ ਤਾਂ ਬਿਲਕੁਲ ਇਹ ਸੋਚ ਕੇ ਚੱਲ ਰਿਹਾ ਜੀ ਜੀ ਕਿ ਹੈਲਥ ਵਾਈਜ਼ ਸਾਰਾ ਕੁਝ ਸੋਚ ਕੇ ਚੱਲਦੇ ਆ ਜੀ ਸਰ ਕਿਉਂਕਿ ਹੈਲਥ ਵਾਸਤੇ ਤੁਹਾਨੂੰ ਇੱਕ ਸਿਹਤ ਚਾਹੀਦੀ ਹੈ ਬਿਲਕੁਲ ਜੀ ਬਿਲਕੁਲ ਸਿਹਤ ਦੇ ਵਾਸਤੇ ਪਾਣੀ ਸਭ ਤੋਂ ਜ਼ਰੂਰੀ ਜੀ ਹਵਾ ਜ਼ਰੂਰੀ ਰੋਸ਼ਨੀ ਜ਼ਰੂਰੀ ਤੇ ਕੰਫਰਟੇਬਲ ਰਹਿਣਾ ਜ਼ਰੂਰੀ ਬਿਲਕੁਲ ਜੀ ਬਿਲਕੁਲ ਇਸ ਤੋਂ ਬਾਅਦ ਆ ਜਾਂਦੀ ਹੈ ਗੱਲ ਰੇਡੀਏਸ਼ਨ ਦੀ ਜੀ ਅੱਜ ਤੁਹਾਨੂੰ ਉਹ ਵੀ ਦੱਸ ਦਿੰਦਾ ਹਾਂ ਹਾਂ ਜੀ ਕਿਉਂਕਿ ਤੁਸੀਂ ਦੇਖਦੇ ਹੋ ਕਿ ਚੀਜ਼ ਅਸੀਂ ਕਵਰ ਨਹੀਂ ਕਰੀ ਹਾਂ ਜੀ ਤੁਸੀਂ ਦੇਖਦੇ ਹੋ ਜੀ ਕਿ ਕਿਸੇ ਕਰਦੇ ਚਲੇ ਜਾਓ ਤੇ ਰੇਡੀਏਸ਼ਨ ਜਿਹੜਾ ਲਾਈਟਾਂ ਦਾ ਹੈਗਾ ਜਿਹੜੀ ਬਿਜਲੀ ਦੀਆਂ ਤਾਰਾਂ ਆਪਾਂ ਪਾਉਨੇ ਆ ਜੀ ਉਹਦਾ ਸਭ ਤੋਂ ਜ਼ਿਆਦਾ ਰੈਜ਼ਿਸਟੈਂਸ ਹੁੰਦਾ ਹੈ ਅਸਲ ਬਿਜਲੀ ਦੀਆਂ ਤਾਰਾਂ ਹੁੰਦੀਆਂ ਜਿਹੜੀਆਂ ਹਾਂਜੀ ਠੀਕ ਹੈ ਤੇ ਉਹਨੂੰ ਵੇਖਦੇ ਹੋਇਆ ਕੀ ਕੀਤਾ ਕੀ ਕਰਦੇ ਵਿੱਚ ਕੱਟ ਤੋਂ ਕੱਟ ਤਾਰਾਂ ਯੂਜ਼ ਹੋਈਆਂ ਨੇ ਠੀਕ ਹੈ ਜੀ ਇਸ ਕਰਦੇ ਵਿੱਚ ਜਦੋਂ ਤਾਰਾਂ ਯੂਜ਼ ਹੋਣੀਆਂ ਨਾਰਮਲ ਕਲਰ ਦੇ ਨਾਲੋਂ ਮੈਂ ਕਹੂੰਗਾ 60 ਪੈਸੇ ਯੂਜ਼ ਹੋਣਗੀਆਂ ਅਗਰ ਕਿਸੇ ਦੇ ਤਾਰ ਲੱਗਦੀ ਹੈ 10 ਬੰਡਲ ਠੀਕ ਹੈ ਜੀ ਇੰਨੇ ਸਾਈਜ਼ ਦੇ ਵਿੱਚ ਤੇ ਮੇਰੇ ਲੱਗਣਗੇ 6 ਬੰਡਲ ਠੀਕ ਹੈ ਜੀ ਕਿਉਂਕਿ ਜੋ ਉਹਨਾਂ ਦਾ ਕਨਸੈਪਟ ਹੈ ਉਹ ਵੀ ਇਸ ਤਰ੍ਹਾਂ ਦਾ ਹੈ ਸਾਰਿਆਂ ਦਾ ਜਿਵੇਂ ਇਲੈਕਟ੍ਰੀਸ਼ੀਅਨ ਤੋਂ ਪਤਾ ਕੀਤਾ ਉਹਨੇ ਦੱਸਿਆ ਕਹਿੰਦਾ ਜੀ 22 ਮਿਮੀ ਦੀ ਆਪਾਂ ਦੋ ਤਾਰਾ ਪਾਵਾਂਗੇ ਜੀ ਇੱਕ ਆਪਾਂ 2.5 ਮਿਮੀ ਦੀ ਤਾਰ ਪਾਵਾਂਗੇ ਇੱਕ ਨਟਰ ਦੀ ਤਾਰ ਪਾਵਾਂਗੇ ਐ ਕਰਕੇ ਇੱਕ ਕਮਰੇ ਦੇ ਵਾਸਤੇ ਲਿਆਉਣ ਵਾਸਤੇ 5-6 ਤਾਰਾ ਦੱਸਤੀ ਉਹਨੇ ਠੀਕ ਹੈ ਜੀ ਲੇਕਿਨ ਮੇਰੇ ਇੱਕ ਕਮਰੇ ਦੇ ਵਿੱਚ ਸਿਰਫ ਬਾਹਰ ਠੀਕ ਹੈ ਜੋ ਇੱਕ ਤਾਰ ਆਉਗੀ ਉਹ ਇੱਕ 4 ਮਿਮੀ ਦੀ ਆਉਗੀ ਮੇਨ ਤਾਰ ਮੋਟੀ ਤਾਰ ਆਉਗੀ ਉੱਥੋਂ ਆਪਾਂ ਇਲੈਕਸ਼ਨ ਦੇਣਾ ਸਾਰਿਆਂ ਨੂੰ ਬਸ ਇੱਕ ਤਾਰ ਉਹ ਆਉਗੀ ਇਹ ਅਰਥ ਦੀ ਆਉਗੀ ਠੀਕ ਹੈ ਜੀ ਤੇ ਇੱਕ ਜਿਹੜਾ ਗਵਰਨਮੈਂਟ ਜਿਹੜਾ ਗਰਾਉਂਡ ਅਰਥ ਹੁੰਦਾ ਉਹਦੀ ਆਊਗੀ ਸੇਫਟੀ ਵਾਸਤੇ ਠੀਕ ਹੈ ਜੀ ਤੇ ਇਸ ਤੋਂ ਬਾਅਦ ਇੱਥੇ ਬੋਰਡ ਦੇ ਵਿੱਚ ਆ ਜਾਊਗੀ ਠੀਕ ਹੈ ਸਰ ਐਸ ਬੋਰਡ ਦੇ ਵਿੱਚ ਆਟੋ ਕਟ ਲੱਗੇ ਹੋਣਗੇ ਸਿਰਫ ਐਸ ਕਮਰੇ ਵਿੱਚ ਜਿੰਨੀ ਤੁਹਾਨੂੰ ਚਾਹੀਦੀ ਹੈ ਇੱਥੇ ਹੀ ਰਹਿ ਜਾਊਗਾ ਇਹਦੇ ਨਾਲ ਰੇਡੀਏਸ਼ਨ ਘਟੂਗਾ ਰੇਡੀਏਸ਼ਨ ਘਟੂਗਾ ਉਹੀ ਗੱਲ ਹੈ ਜੀ ਆਪਾਂ ਇੱਕ ਰੂਮ 'ਚ ਬੈਠਾ ਸਾਰਾ ਪਰਿਵਾਰ ਪਰ ਦੂਜੇ ਪੰਜ ਰੂਮ ਤਾਂ ਆਪਣੇ ਬੰਦ ਪਏ ਨੇ ਹਾਂਜੀ ਤਾਂ ਰੇਡੀਏਸ਼ਨ ਆਟੋਮੈਟਿਕਲੀ ਕੋਠੀ ਦਾ ਘਟ ਗਿਆ ਬਿਲਕੁਲ ਜੀ ਜਿੰਨੀ ਤਾਰਾ ਘਟ ਹੋਣੀ ਆ ਉਹਨੇ ਰੇਡੀਏਸ਼ਨ ਰੇਡੀਏਸ਼ਨ ਘਟੂਗਾ ਇਹੋ ਗੱਲ ਹੈ ਠੀਕ ਹੈ ਸਰ ਇਹ ਵੀ ਦੇਖਿਆ ਗਿਆ ਇਹ ਵੀ ਦੇਖਿਆ ਗਿਆ ਕਿਉਂਕਿ ਜਿਹੜੇ ਕੈਂਸਰ ਨੇ ਉਹ ਉਹਦਾ ਕਾਰਨ ਵੀ ਇਹ ਯੂ ਹੈ ਠੀਕ ਹੈ ਜੀ ਤੁਸੀਂ ਘਰ ਦੇ ਵਿੱਚ ਜਿੰਨੀਆਂ ਜ਼ਿਆਦਾ ਲਾਈਟਾਂ ਜਿੰਨੀਆਂ ਜ਼ਿਆਦਾ ਤਾਰਾਂ ਜੀ ਯੂਜ਼ ਕਰੋਗੇ ਉਹਨਾਂ ਤੁਹਾਡਾ ਵਧੂਗਾ ਉਹਨਾਂ ਕੈਂਸਰ ਦਾ ਖਤਰਾ ਵਧੂਗਾ ਉਹਨਾਂ ਵਧੂਗਾ ਕਿਉਂਕਿ ਅਗਰ ਤੁਸੀਂ ਘਰੇ ਵੇਖਣਾ ਚਾਹੁੰਦੇ ਹੋ ਕਿ ਕਿੱਥੇ ਹੈਗਾ ਤੇ ਇੱਕ ਟੈਸਟਰ ਆਉਂਦਾ ਜਿਹੜੇ ਇਲੈਕਟ੍ਰੀਸ਼ੀਅਨ ਕੋਲ ਹੁੰਦਾ ਹੈ ਉਹ ਦੇਖਦਾ ਕਿ ਇਹ ਤਾਰ ਦੇ ਕਿੱਥੇ ਕਿੱਥੇ ਕਰੰਟ ਆ ਰਿਹਾ ਉਹ ਬਾਹਰ ਹੀ ਕਬਾਈ ਜਾਂਦਾ ਹੈ ਅੱਛਾ ਜੀ ਤੇ ਉਹਦੇ ਵਿੱਚ ਆਵਾਜ਼ ਆ ਜਾਂਦੀ ਜਿੱਥੋਂ ਤਾਰ ਕੱਟ ਹੋ ਜਾਂਦੀ ਉੱਥੇ ਆਵਾਜ਼ ਆ ਜਾਂਦੀ ਹੈ ਇਹਦਾ ਮਤਲਬ ਉਹਦੇ ਚ ਤਾਰ ਹੈਗਾ ਹੈ ਹੈਗੀ ਹੈ ਵੀ ਰੈਡੀਏਸ਼ਨ ਆ ਰਹੀ ਹੈ ਤਾਂ ਹੀ ਉਹ ਕੰਮ ਕਰ ਰਿਹਾ ਨਾ ਜੀ ਬਿਲਕੁਲ ਬਿਲਕੁਲ ਤੇ ਜਦੋਂ ਤਾਰਾਂ ਹੋਣਗੇ ਹੀ ਕੱਟ ਤਾਂ ਰੈਡੀਸ਼ਨ ਆਟੋਮੈਟਿਕਲੀ ਆਟੋਮੈਟਿਕਲੀ ਕੱਟ ਹੋਊਗਾ ਜੀ ਐਸੇ ਕਰਕੇ ਜੋ ਇਹਦੀ ਛੱਤ ਹੈ ਉਹ ਵੀ 11 ਫੁੱਟ ਦੇ ਉੱਤੇ ਲਾਈ ਹੋਈ ਹੈ ਠੀਕ ਹੈ ਜੀ ਛੱਤ ਵੀ ਆਪਾਂ ਵੱਧ ਲਈ ਆ ਆਮ ਤੌਰ ਤੇ ਸਾਡੇ 10 ਫੁੱਟ ਦੇ 10 ਫੁੱਟ ਸਵਾ 10 ਹੁੰਦੀ ਹੈ ਲੇਕਿਨ ਆਪਣੀ ਛੱਤ ਤਾਂ 11 ਫੁੱਟ ਤੇ ਛੱਤ 11 ਫੁੱਟ ਤੇ ਤੇ ਛੱਤ ਦੇ ਵੀ ਆਪਾਂ ਕੁਝ ਵੱਖਰਾ ਕੀਤਾ ਜੀ ਛੱਤ ਦੇ ਵਿੱਚ ਆਮ ਤੌਰ ਤੇ ਮਿਸਤਰੀ ਕੀ ਕਰਦੇ ਜੀ ਕਿ ਜਾਂ ਤਾਂ ਇੱਟ ਪਈ ਹੁੰਦੀ ਉਹਨੂੰ ਟੁਕੜਾ ਕੱਟ ਕੇ ਜਿਹੜਾ ਇਹਦਾ ਲੈਂਟਰ ਪਹਿਰੇ ਹੁੰਦਾ ਜਾਲ ਪਹਿਰੇ ਹੁੰਦਾ ਉਹ ਲਾ ਦਿੰਦੇ ਜੀ ਤੇ ਉਹਦੇ ਜੀ ਕੀ ਹੁੰਦਾ ਹੈ ਕਿ ਤੁਹਾਡਾ ਜਾਲ ਉੱਚਾ ਨਹੀਂ ਹੋ ਹੁੰਦਾ ਠੀਕ ਹੈ ਜੀ ਜਿਹੜੇ ਤੁਹਾਡੇ ਉੱਥੇ ਬੀਮ ਪਾਏ ਹੁੰਦੇ ਐ ਉਹਦੇ ਇਧਰ ਤੇ ਵੀ ਕਿਤੇ ਨੇ ਡਲੀ ਫਸਾਤੀ ਕੋਈ ਲੱਕੜ ਫਸਾਤੀ ਐ ਕਰਦੇ ਹਾਂ ਉਹ ਲਾਉਂਦੇ ਲੇਕਿਨ ਜਦੋਂ ਮੈਂ ਛੱਤ ਪਾਈ ਉਦੋਂ ਪਲਾਸਟਿਕ ਦੀਆਂ ਸਪੈਸ਼ਲ ਸਪੈਸੀਫਿਕ ਗਟੀਆਂ ਹੁੰਦੀਆਂ ਜੀ ਹਾਂ ਇੱਕ ਉਹ ਆਉਂਦੀਆਂ ਨੇ ਚਲੋ ਨੀਵੀਂ ਹੁੰਦੀ ਐ ਸਾਈਡਾਂ ਤੋਂ ਦੋ ਚੱਕੀਆਂ ਹੁੰਦੀਆਂ ਉਹਤੀ ਹੁੰਦੀ ਐ ਤੇ ਉਹਦੇ ਵਿੱਚ ਕੀ ਹੁੰਦਾ ਐ ਕਿ ਤੁਹਾਡਾ ਸਰੀਆ ਆ ਜਾਂਦਾ ਐ ਬਿਲਕੁਲ ਜੀ ਉਹਨੂੰ ਸਪੇਸ ਮਿਲ ਜਾਂਦੀ ਥੱਲੇ ਉਹ ਪੂਰਾ ਸਪੇਸ ਐ ਯਾਨੀ ਕਿ ਜੋ ਮੇਰੀ ਛੱਤ ਐ ਜਦੋਂ ਇਹਦੇ ਉੱਤੇ ਆਪਾਂ ਲੈਵਲਰ ਲਾਵਾਂਗੇ ਤਾਂ ਬਰਾਬਰ ਆਊਗੀ ਹਾਂ ਜਦੋਂ ਇਹਨਾਂ ਨੇ ਉੱਤੇ ਸ਼ੀਟਾਂ ਲਾਤੀਆਂ ਉਸ ਤੋਂ ਬਾਅਦ ਉਹ ਸਰੀਆਂ ਦੇ ਹੇਠਾਂ ਉਹ ਲਾਤਾ ਤੇ ਇਸ ਪੂਰੇ ਕਰਦੀ ਛਾਦੇ 'ਚ ਅਗਰ ਤੁਸੀਂ ਕਿੱਥੇ ਵੀ ਡ੍ਰਿਲਿੰਗ ਕਰ ਲੋਗੇ ਤੰਨੂੰ ਜੋ ਮਸਾਲਾ ਹੈ ਉਹ ਇੱਕ ਜਿੰਨਾ ਹੀ ਮਿਲੂਗਾ ਹਾਂ ਜੇ ਆਪਾਂ ਨੂੰ ਥੱਲੇ 1 ਇੰਚਾ ਉੱਪਰ 1 ਇੰਚਾ ਤਾਂ 1 ਇੰਚ ਹੀ ਮਿਲੂਗਾ ਉਹ 1 ਇੰਚ ਹੀ ਮਿਲੂਗਾ 1 ਇੰਚ ਤੋਂ ਬਾਅਦ ਹੀ ਮਿਲੂਗਾ ਮਤਲਬ ਹਾਂ ਇਹ ਨਹੀਂ ਕਿ ਕਿੱਥੇ ਸਰੀਆ ਉੱਚਾ ਹੈ ਕਿੱਥੇ ਨਹੀਂ ਹੈ ਐਸੀ ਤਰ੍ਹਾਂ ਜੋ ਬੀਮ ਹੈ ਬੀਮ ਦੇ ਵਿੱਚ ਵੀ ਸਪੈਸਰ ਲੱਗਿਆ ਹੋਇਆ ਹੈ ਜੀ ਉਹ ਵੀ ਸਪੈਸ਼ਲ ਚੱਕਿਆ ਗਿਆ ਕੀ ਬਾਤ ਹੈ ਹੁਣ ਗੱਲ ਰਹੀ ਛੱਤ ਦੀ ਹੁਣ ਆਪਾਂ ਇਸ ਫਲੋਰ ਦੇ ਉੱਤੇ ਐਸ ਤੋਂ ਉੱਤਲਾ ਜਦੋਂ ਛੱਤ ਲਾਵਾਂਗੇ ਉਹਦੇ ਉੱਤੇ ਵੀ ਥਰਮਾਕੋਲ ਲਾਉਣਾ ਠੀਕ ਹੈ ਜੀ ਇਹ ਥਰਮਾਕੋਲ ਦੇ ਪੀਸ ਲੱਗਣਗੇ ਹਾਂ ਜੀ ਥਰਮਾਕੋਲ ਤੇ ਲੱਗਣਗੇ ਤਾਂ ਕਿ ਛੱਤ ਗਰਮ ਨਾ ਹੋਵੇ ਠੀਕ ਹੈ ਕਿਉਂਕਿ ਹੀਟ ਤਾਂ ਉੱਥੋਂ ਆਉਣੀ ਹਾਂ ਫੇ ਥੱਲੇੋਂ ਤੇ ਸਾਈਡਾਂ ਤੋਂ ਤਾਂ ਰੋਕ ਲਿਆ ਪਰ ਆਪਾਂ ਉੱਪਰੋਂ ਵੀ ਰੋਕਣਾ ਹੈਗਾ ਹਾਂ ਜੀ ਐਸ ਤੋਂ ਬਾਅਦ ਇੱਕ ਜਿਹੜੀ ਐਕਸਟਰਾ ਗੱਲ ਉਹ ਹੈ ਜੀ ਕਿਉਂਕਿ ਇਹ ਜਦੋਂ ਢਾਈ ਸਾਲ ਐਸੀ ਕੰਮ ਕੀਤਾ ਇਹ ਵੀ ਦੇਖਿਆ ਕਿ ਨੇਚਰ ਕੀ ਕਹਿੰਦੀ ਹੈ ਕਿਉਂਕਿ ਐਸ ਨੂੰ ਨੇਚਰ ਦੇ ਨਾਲ ਵੀ ਅਸੀਂ ਅਟੈਚ ਕੀਤਾ ਬ ਜੋ ਸਾਡਾ ਸਰਦੀਆਂ ਚ ਸੂਰਜ ਉਗਦਾ ਉਹ ਐਸਾਈਡ ਉਗਦਾ ਠੀਕ ਹੈ ਜੀ ਹਾਂ ਮੈਂ ਜਦੋਂ ਆਇਆ ਉਹ ਇਧਰਲੇ ਪਾਸੇ ਥੋੜਾ ਥੋੜਾ ਇਧਰ ਹੋ ਕੇ ਤੇ ਇਧਰ ਜਾਊਗਾ ਠੀਕ ਹੈ ਜੀ ਲੇਕਿਨ ਗਰਮੀਆਂ ਚ ਇਹ ਆਪਣੀ ਦਿਸ਼ਾ ਚੇਂਜ ਕਰ ਲੈਂਦਾ ਹੈ ਬਿਲਕੁਲ ਜੀ ਇਹ ਕਰਕੇ ਐਸ ਦੀ ਥਾ ਤੇ ਇਧਰ ਰੁਗੂਗਾ ਐਸਾਈਡ ਦੇ ਦਿਖਾਇਆ ਜਾ ਪੈਸਾ ਠੀਕ ਹੈ ਐਸਾਈਡ ਦੇ ਵਿੱਚ ਠੀਕ ਹੈ ਜੀ ਠੀਕ ਹੈ ਤੇ ਉਹ ਸੂਰਜ ਐ ਛੱਦੇ ਉੱਤੋਂ ਦੀ ਜਾਊਗਾ हां ओने बिल्कुल आए जाना यानी कि गर्मियों च जदों तुसी सर्दियां सनलाइट लेनी है ते तन्नू आराम नाल इथे सनलाइट आराम नाल मिलो दो दो साइडा तो खुला मिला हुआ है आराम नाल मिलूगी ते जदों गर्मियों च सूरज वट कटदा है ओ अपने ਪਿੱਠ ਦੇ ਪਿੱਛੂ ਜਾਊਗਾ ਠੀਕ ਹੈ ਜੀ ਉਹ ਵੀ ਉਹ ਮਾਰਨਿੰਗ ਈਵਨਿੰਗ ਚਾਹੇ ਆ ਜੇ ਘਰ ਚ ਪਰ ਦਿਨੇ ਆਪਣਾ ਪੂਰਾ ਆ ਰਹਿਣਾpropto ਬਿਲਕੁਲ ਜੀ ਠੀਕ ਹੈ ਸਰ ਇਹ ਫਰਕ ਹੈ ਇਹ ਵੀ ਆਪਾਂ ਇੱਕ ਬਹੁਤ ਵਧੀਆ ਗੱਲ ਤੁਸੀਂ ਕਿਉਂਕਿ ਇਹਨੂੰ ਜਦੋਂ ਬੜਾਇਆ ਸੀ ਇਸ ਤੋਂ ਬਾਅਦ ਇਹਦੀ ਡਾਇਰੈਕਸ਼ਨ ਨੂੰ ਥੋੜਾ ਜਿਹਾ ਟੇਡਾ ਕੀਤਾ ਸੀ ਐਸੇ ਕਰਕੇ ਜੀ ਟੇਡਾ ਕਰਨ ਦਾ ਮਤਲਬ ਇਹ ਹੈ ਕਿ ਸੂਰਜ ਦੀ ਲਾਈਟ ਕਿਵੇਂ ਮਿਲੂਗੀ ਸਰਦੀਆਂ ਜਿਹੜੀ ਆਪਾਂ ਨੂੰ ਚਾਹੀਦੀ ਹੈ ਤੇ ਗਰਮੀਆਂ ਵਿੱਚ ਜੋ ਆਪਾਂ ਚਾਹੀਦਾ ਐਸੇ ਕਰਕੇ ਐਸ ਮਕਾਨ ਦੇ ਵਿੱਚ ਥਾਂ ਹੁੰਦਿਆ ਹੋਇਆ ਵੀ ਐਸ ਨੂੰ ਥੋੜਾ ਜਿਹਾ ਅ ਈਸਟ-ਵੈਸਟ ਸਾਊਥ-ਵੈਸਟ ਸਾਈਡ ਟੇਡ ਟੇਡਾ ਕੀਤਾ ਹੋਇਆ ਠੀਕ ਹੈ ਜੀ ਕਿਉਂਕਿ ਮੈਂ ਜ਼ਿਆਦਾ ਵਾਸਤੂ ਤੇ ਬਿਲੋਂਗ ਨਹੀਂ ਕਰਦਾ ਜੀ ਪਰ ਸੈਂਟੀਫਿਕ ਮੈਂ ਸੈਂਟੀਫਿਕ ਦੇ ਉੱਤੇ ਕਰਦਾ ਗੱਲ ਠੀਕ ਹੈ ਸਰ ਇਹ ਹੈ ਠੀਕ ਹੈ ਸਰ ਸਰ ਇੱਕ ਸਵਾਲ ਹੋਰ ਹੈ ਜੀ ਇੱਥੇ ਆਊਟ ਆਫ ਦਾ ਮਤਲਬ ਜੇ ਕਹਿੰਦੇ ਘਰ ਵਾਲੇ ਪਾਸਿਓਂ ਹਾਂਜੀ ਵੀ ਦਰਸ਼ਕੀ ਵੀ ਪੁੱਛ ਦਿੰਦੇ ਨੇ ਬਾਅਦ ਚ ਕਮੈਂਟ ਕਰ ਦਿੰਦੇ ਆ ਵੀ ਸਰ ਕਿਤੇ ਸਾਇੰਟੀਸਟ ਤਾਂ ਨਹੀਂ ਗਏ ਜਾਂ ਸਰ ਕੋਈ ਪੁਰਾਣੇ ਕੰਸਟ੍ਰਕਸ਼ਨ ਦੀ ਕੰਪਨੀਜ਼ ਦਾ ਨਹੀਂ ਕੰਮ ਕਰਦੇ ਤੁਹਾਡਾ ਬੇਸਿਕ ਕੰਮ ਕੀ ਕਰਦੇ ਜੀ ਬਾਈ ਜੀ ਮੈਂ ਬੇਸਿਕਲੀ ਇੱਕ ਜ਼ਮੀਦਾਰ ਬੰਦਾ ਹੈਗਾ ਪੁਸ਼ਤੈਨੀ ਸਾਡਾ ਜਿਹੜਾ ਕੰਮ ਹੈ ਉਹ ਜ਼ਮੀਨ ਦਾ ਹੈ ਅਸੀਂ ਜ਼ਮੀਨ ਨੂੰ ਆਉਂਦੇ ਆ ਠੀਕ ਹੈ ਜੀ ਤੇ ਜ਼ਮੀਨ ਦੇ ਨਾਲ ਹੀ ਰਿਲੇਟਡ ਹੈਗਾ ਜੀ ਪਰ ਜਦੋਂ ਆਪਾਂ ਕੋਈ ਚੀਜ਼ ਬਣਾਈਏ ਤੇ ਮੇਰਾ ਕਹਿਣ ਦਾ ਇੱਕੋ ਹੀ ਪਾ ਹੋਊਗਾ ਭਾਈ ਸਾਰੇ ਕਰਕੇ ਕਰਦੇ ਬਹਿ ਕੇ ਤੋਲ ਮੋਲ ਕੇ ਬਣਾਈਏ ਤੋਲ ਮੋਲ ਕੇ ਬਣਾ ਲਓ ਚਾਹੇ 10 ਦਿਨ ਠਹਿਰ ਕੇ ਬਣਾ ਲਓ ਠੀਕ ਹੈ ਜੀ ਬਸ ਵੀ ਕੋਈ ਗਲਤੀ ਨਹੀਂ ਖਾਂਦੇ ਹਾਂਜੀ ਠੀਕ ਹੈ ਜੀ ਕੋਈ ਕਹਦੇ ਮੇਰਾ ਜ਼ਿਆਦਾ ਪੜਿਆ ਲਿਖਿਆ ਮੇ ਕੋਈ ਜ਼ਿਆਦਾ ਪੜਿਆ ਲਿਖਿਆ ਵੀ ਨਹੀਂ ਹੈਗਾ ਮੈਂ ਅੰਡਰ ਗ੍ਰੈਜੂਏਟ ਹੈਗਾ ਠੀਕ ਹੈ ਜੀ ਮੇਰੀ ਬੀਏ ਡਿਗਰੀ ਵੀ ਨਹੀਂ ਲਈ ਹੋਈ ਠੀਕ ਹੈ ਜੀ ਪਰ ਚੰਗੀ ਗੱਲ ਸਭ ਤੋਂ ਇਹ ਆ ਵੀ ਤੁਸੀਂ ਪ੍ਰੋਪਰ ਇਹਦਾ ਵਰਕ ਕੀਤਾ ਜਿਵੇਂ 2.5 ਸਾਲ ਤੁਸੀਂ ਦੱਸ ਦਿਓ ਤੇ ਹੁਣ ਨਾਲ ਨਾਲ ਜੋ ਜਿੰਨਾ ਤੁਹਾਨੂੰ ਮਿਲ ਰਿਹਾ ਉਹ ਉਸ ਤਰੀਕੇ ਨਾਲ ਤੁਸੀਂ ਵਰਕ ਕਰ ਰਹੇ ਹੋ ਉਸੇ ਹਿਸਾਬ ਨਾਲ ਜੀ ਹੋਰ ਕੋਈ ਸਰ ਦਰਸ਼ਕਾਂ ਨੂੰ ਕੋਈ ਸੁਝਾਅ ਦੇਣਾ ਚਾਹੋ ਜਿਵੇਂ ਇੱਕ ਹੁੰਦਾ ਨਾ ਆਪਾਂ ਤੁਸੀਂ ਜਦੋਂ ਘਰ ਬਣਾਉਣੇ ਆਪਾਂ ਕਹਿੰਦਾ ਤਾਂ ਜਦੋਂ ਘਰ ਤੇ ਵਿਆਹ ਹੁੰਦਾ ਉਦੋਂ ਹੀ ਪਤਾ ਲੱਗਦਾ ਵੀ ਕਿੱਥੇ ਖਰਚਾ ਘੱਟ ਹੋਇਆ ਕਿੱਥੇ ਵੱਧ ਹੋਇਆ ਕੋਈ ਖਰਚਾ ਘਟਾਉਣ ਵਾਸਤੇ ਵੀ ਕੋਈ ਪੁਆਇੰਟ ਹੋਵੇ ਦਿਮਾਗ 'ਚ ਖਰਚਾ ਘਟਾਉਣ ਵਾਸਤੇ ਮੈਂ ਇਹੀ ਕਹੂੰਗਾ ਦੋਸਤੋ ਕਿ ਇਨ ਫਿਊਚਰ ਦੇ ਵਿੱਚ ਲਾਈਟ ਇੰਨੀ ਕਿ ਮਹਿੰਗੀ ਹੋ ਜਾਣੀ ਹੈ ਕਿ ਸਾਰਿਆਂ ਤੋਂ ਵੱਡਾ ਖਰਚਾ ਹੀ ਆਪਣਾ ਲਾਈਟ ਦਾ ਹੋਣਾ ਹੈ ਠੀਕ ਹੈ ਕਿਉਂਕਿ ਤੁਸੀਂ ਮਜਬੂਰ ਹੋ ਜਾਓਗੇ ਸਰਦੀਆਂ ਦੇ ਵਿੱਚ ਜੋ ਤੁਸੀਂ ਮੌਸਮ ਦੇਖ ਰਹੇ ਹੋ ਠੰਡ ਵੀ ਵੱਧ ਰਹੀ ਹੈ ਜੀ ਤੇ ਗਰਮੀ ਵੀ ਵੱਧ ਰਹੀ ਹੈ ਗਰਮੀਆਂ ਵਿੱਚ ਤੁਸੀਂ ਏਸੀ ਚਲਾਇਆ ਕਰੋਗੇ ਤੇ ਸਰਦੀਆਂ ਵਿੱਚ ਤੁਸੀਂ ਹੀਟਰ ਚਲਾਇਆ ਕਰੋਗੇ ਠੀਕ ਹੈ ਜੀ ਤੇ ਮਕਾਨ ਬਣਾਉਣ ਤੋਂ ਪਹਿਲਾਂ ਇੱਕੋ ਹੀ ਸੋਚ ਲਓ ਕਿ ਆਪਾਂ ਉਹਨੂੰ ਵੈਦਰ ਪ੍ਰੂਫ ਜ਼ਰੂਰ ਬਣਾ ਲਈਏ ਕੋਈ ਜ਼ਿਆਦਾ ਖਰਚਾ ਨਹੀਂ ਹੈਗਾ ਅਗਰ ਤੁਸੀਂ ਆ ਦੇਖੋਗੇ ਤਾਂ ਇੱਕ ਇਨਵੈਸਟਮੈਂਟ ਹੈਗੀ ਐ ਜਿਹੜੀ ਕਿ ਤੁਹਾਡੀ ਪੀੜ੍ਹੀਆਂ ਦਰ ਪੀੜ੍ਹੀਆਂ ਤੁਹਾਨੂੰ ਪੇ ਕਰਦੀ ਰਹੂਗੀ ਜੀ ਮੈਂ ਤਾਂ ਇਹੋ ਕਹਿਣਾ ਚਾਹੂੰਗਾ ਇਸ ਤੋਂ ਬਾਅਦ ਇਹ ਹੈ ਆਮ ਤੌਰ ਤੇ ਇੱਕ ਅੱਡੀ ਜੀ ਗੱਲ ਹੈ ਜੀ ਤੁਸੀਂ ਕਿਸੇ ਦੇ ਘਰੇ ਜਾਨੇ ਹੋ ਤਾਂ ਮੇਰਾ ਖਿਆਲ ਹੈ ਕਿ ਤੁਸੀਂ ਫਰਸ਼ ਨਹੀਂ ਦੇਖਦੇ ਕਿਸੇ ਦਾ ਬਹੁਤ ਘੱਟ ਦੇਖਦੇ ਬਹੁਤ ਘੱਟ ਦੇਖਦੇ ਹੋ ਤੇ ਸਭ ਤੋਂ ਵੱਡਾ ਖਰਚਾ ਹੀ ਜਦੋਂ ਆਪਾਂ ਘਰ ਦੇ ਵਿੱਚ ਜਾਈਏ ਫਰਸ਼ ਦੇ ਉੱਤੇ ਹੁੰਦਾ ਹੈ ਜਾਂ ਬਾਥਰੂਮ ਦੇ ਉੱਤੇ ਹੁੰਦਾ ਹੈ ਬਿਲਕੁਲ ਜੀ ਬਿਲਕੁਲ ਤੁਸੀਂ ਬਾਥਰੂਮ ਦੇ ਵਿੱਚ ਅਨਾਮ ਸ਼ਨਾਮ ਪੈਸਾ ਲਾਉਂਦੇ ਹੋ ਜਦਕਿ ਤੁਸੀਂ ਉਸ ਨੂੰ ਇਸਤੇਮਾਲ ਸਿਰਫ ਇੱਕ ਬੰਦੇ ਨੇ ਘਟੋ ਘਟ ਦਿਨ ਚੱਕਰ ਕਰਨਾ ਦੋ ਵਾਰ ਕਰਨਾ ਇੱਕ ਵਾਰ ਹੀ ਜਾਂ ਦੋ ਵਾਰ ਤੇ ਅਗਰ ਟਾਈਮ ਟਾਈਮਿੰਗ ਵੀ ਕਰ ਲੋ ਤੇ ਜਿਆਦਾ ਜਿਆਦਾ 20 ਮਿੰਟ ਬਿਲਕੁਲ ਜੀ ਉੱਥੇ ਆਪਾਂ ਪੈਸੇ ਬਚਾ ਸਕਦੇ ਹਾਂ ਜੀ ਨੰਬਰ 2 ਵੱਡੇ ਵੱਡੇ ਬਲਾਕਸ ਲਾਉਣ ਦੀ ਬਜਾਏ ਜਿੰਨੇ ਛੋਟੇ ਲਾਵਾ ਆਪਾਂ ਛੋਟੇ ਬਲਾਕਸ ਵੀ ਲਾ ਸਕਦੇ ਆਂ ਅੱਛੀ ਕੁਆਲਿਟੀ ਦੇ ਲਾ ਸਕਦੇ ਆਂ ਆਪਾਂ ਪੈਸਾ ਉੱਥੇ ਵੀ ਬਚਾ ਸਕਦੇ ਆਂ ਉੱਥੇ ਵੀ ਬਚਾ ਸਕਦੇ ਆਂ ਇਹ ਗੱਲ ਮੈਂ ਤਾਂ ਇੱਥੇ ਕਹੂੰਗਾ ਕਿ ਤੁਸੀਂ ਬਿਜਲੀ ਤੋਂ ਪੈਸਾ ਬਚਾ ਲਓ ਜੀ ਮਾਰਬਲ ਤੋਂ ਪੈਸਾ ਬਚਾ ਲਓ ਬਾਥਰੂਮ ਫਿਟਿੰਗ ਤੋਂ ਪੈਸਾ ਬਚਾ ਲਓ ਪਰ ਮਕਾਨ ਬਣਾ ਦੀ ਵਾਰੀ ਸੀਮੈਂਟ ਸਰੀਆ ਤੇ ਇੱਟਾਂ 'ਚ ਪੈਸੇ ਨਾ ਬਚਾਇਓ ਬਾਈ ਠੀਕ ਹੈ ਜੀ ਬਹੁਤ ਚੰਗੀ ਚੀਜ਼ ਹੈ ਮੈਂ ਤੇ ਇਹੀ ਕਹੂੰਗਾ ਬਿਲਕੁਲ ਜੀ ਬਿਲਕੁਲ ਤੇ ਸਰ ਬਹੁਤ-ਬਹੁਤ ਧੰਨਵਾਦ ਤੇ ਬਹੁਤ ਵਧੀਆ ਲੱਗਿਆ ਤੇ ਬਹੁਤ ਚੰਗੀ ਜਾਣਕਾਰੀ ਸਾਡੇ ਤੁਸੀਂ ਦਰਸ਼ਕਾਂ ਨਾਲ ਸ਼ੇਅਰ ਕੀਤੀ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਵੈਦਰ ਪ੍ਰੂਫ ਸਾਊਂਡ ਪ੍ਰੂਫ ਘਰ ਬਣਾਉਣਾ ਚਾਹੁੰਦਾ ਤਾਂ ਉਹਨੂੰ ਕੋਈ ਆਈਡੀਆ ਮਿਲ ਜਾਂਦਾ ਜੀ ਨਵੇਂ ਬਿਲਕੁਲ ਜੀ ਧੰਨਵਾਦ ਸਰ ਬਿਲਕੁਲ ਜੀ ਹਮੇਸ਼ਾ ਤਿਆਰ ਹੈਗੇ ਆਂ ਅਗਰ ਕਿਸੇ ਨੂੰ ਆਈਡੀਆ ਚਾਹੀਦਾ ਹੋਵੇਗਾ ਤਾਂ ਆਪਾਂ ਬਿਲਕੁਲ ਦੇਣ ਨੂੰ ਤਿਆਰ ਹੈਗੇ ਆਂ ਜੀ ਤੁਹਾਡੇ ਆਉਣ ਦਾ ਇੱਥੇ ਸਵਾਗਤ ਦੀ ਨਿਵਾਦ ਧੰਨਵਾਦ ਆભાર ਪ੍ਰਗਟ ਕਰਦੇ ਆ ਜਿਹੜਾ ਤੁਸੀਂ ਇੱਥੇ ਆਏ ਹੋ ਜੀ ਸਰ ਥੈਂਕ ਯੂ ਸਰ ਥੈਂਕ ਯੂ ਸਰ